ਸਤਿਗੁਰ ਦੀ ਸਾਜੀ ਅਤੇ ਨਿਵਾਜੀ ਸਾਧ ਸੰਗਤ ਜੀ ਆਪਣੀ ਮਨਬ੍ਰਿਤੀ ਇਕਾਗਰ ਕਰਨ ਲਈ ਰਸਨਾ ਪਿੱਤਰ ਕਰਨ ਲਈ ਸਾਰੇ ਮਾਈ ਪਾਈ ਗੱਜ ਕੇ ਆਖੋ ਧੰ ਸ੍ਰੀ ਸਤਗੁਰੂ ਦੇ ਸਿੰਘ ਜੀ ਸਾਧ ਸੰਗਤ ਜੀ ਅੱਜ ਮੈਂ ਕੁਝ ਅਰਜਾਂ ਆਪ ਜੀ ਦੇ ਸਾਹਮਣੇ ਕਰਮ ਜਾਂ ਕਰਮਾ ਬਾਰੇ ਕਰਨੀਆਂ ਹਨ ਜਾਨੀ ਕਿ ਡੀਡਸ ਜੋ ਅਸੀਂ ਕਰਦੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਬਾਣੀ ਦੇ ਵਿੱਚ ਫਰਮਾਉਂਦੇ ਹਨ ਕਿ ਚੰਗਿਆਈਆ ਬੁਰੀਆਈਆ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਭਾਵ ਕਿ ਅਸੀਂ ਜੋ ਵੀ ਚੰਗੇ ਕੰਮ ਕਰਦੇ ਹਾਂ ਜਾਂ ਬੁਰੇ ਕੰਮ ਕਰਦੇ ਹਾਂ ਉਹ ਸਾਡੇ ਕਰਮ ਜਿਹੇ ਹਨ ਉਹ ਧਰਮ ਰਾਜ ਦੇ ਹਜੂਰ ਵਾਚੇ ਜਾਨੀ ਕਿ ਦਿਖੇ ਜਾਣਗੇ ਉੱਥੇ ਹਿਸਾਬ ਕਿਤਾਬ ਹੋਵੇਗਾ ਕਿਉਂਕਿ ਉਥੇ ਧਰਮ ਰਾਜ ਦਾ ਕੰਮ ਹੈ ਕਿ ਲਿਖ ਨਾਵੇ ਧਰਮ ਬਹਾਲਿਆ ਉਸ ਨੂੰ ਇਸੇ ਵਾਸਤੇ ਅਕਾਲ ਪੁਰਖ ਦੇ ਹਜੂਰ ਬਿਠਾਇਆ ਗਿਆ ਹੈ ਕਿ ਸਾਡੇ ਜਿਹੜੇ ਕਰਮ ਹਨ ਉਹਨਾਂ ਦਾ ਹਿਸਾਬ ਕਿਤਾਬ ਕਰੇ ਅਤੇ ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ ਭਾਵ ਕਿ ਇਹ ਸਾਡੇ ਹੱਥ ਦੇ ਵਿੱਚ ਹੈ ਅਸੀਕ ਇਸ ਤਰ੍ਹਾਂ ਦੇ ਕੰਮ ਕਰਨੇ ਹਨ ਕਿਸ ਤਰ੍ਹਾਂ ਦੇ ਕਰਮ ਕਰਨੇ ਹਨ ਅਤੇ ਉਹ ਕਰਮਾਂ ਦੇ ਹਿਸਾਬ ਦੇ ਨਾਲ ਉਸ ਦੇ ਹਿਸਾਬ ਕਿਤਾਬ ਦੇ ਆਧਾਰ ਤੇ ਸਾਨੂੰ ਅਕਾਲ ਪੁਰਖ ਦੇ ਨੇੜੇ ਜਾਂ ਫਿਰ ਨਾਰਕਾ ਦੇ ਵਿੱਚ ਸਿੱਟਿਆ ਜਾਏਗਾ ਉਸ ਦਾ ਫੈਸਲਾ ਉੱਥੇ ਕੀਤਾ ਜਾਵੇਗਾ ਫਿਰ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਜਿਨਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਭਾਵ ਕਿ ਜਿਨ੍ਹਾਂ ਨੇ ਨਾਮ ਤੇ ਆਇਆ ਮੁਸਕਤ ਕੀਤੀ ਮੁਸਕਤ ਦਾ ਮਤਲਬ ਹੁੰਦਾ ਹੈ ਮਿਹਨਤ ਕਾਲਣਾ ਜਿਹਨੇ ਕੀਤੀ ਹੈ ਉਹ ਫਿਰ ਉਹਨਾਂ ਦਾ ਜਿਹੜਾ ਮੁਖ ਹੈ ਉਹ ਫਿਰ ਉਜਲਾ ਹੁੰਦਾ ਹੈ ਉਹਨਾਂ ਦਾ ਮੂੰਹ ਦਰਗਾਹ ਦੇ ਵਿੱਚ ਉਜਲਾ ਹੁੰਦਾ ਹੈ ਤੇ ਨਾਲ ਹੀ ਉਹ ਜਿਹੜੇ ਨਾਮ ਜਪਣ ਵਾਲੇ ਇਸ ਤਰ੍ਹਾਂ ਦੇ ਜੀਵ ਹੁੰਦੇ ਹਨ ਉਹ ਆਪਣਾ ਤਾਂ ਵੇੜਾ ਪਾਰ ਕਰਦੇ ਹੀ ਹਨ ਨਾਲ ਨਾਲ ਆਪਣੇ ਸੰਗੇ ਸਾਥੀਆਂ ਦਾ ਵੀ ਉਹ ਬੇੜਾ ਪਾਰ ਕਰ ਜਾਂਦੇ ਹਨ ਜਿੱਦਾਂ ਗੁਰਬਾਣੀ ਦੇ ਵਿੱਚ ਹੀ ਲਿਖਿਆ ਹੈ ਕਿ ਜਿਨ ਜਿਨ ਗੁਰਮੁਖ ਸੇਵਿਆ ਤਿੰਨ ਸਭ ਸੁਖ ਪਾਈ ਉਹ ਆਪ ਤਰਿਆ ਕੁਟੰਬ ਸਿਓ ਸਭ ਜਗਤ ਤਰਾਈ ਭਾਵ ਕਿ ਉਹ ਜਿਹੜਾ ਗੁਰਮੁਖ ਹੈ ਉਸਨੇ ਉਦੋਂ ਉਹਦੀ ਸੇਵਾ ਕਰਕੇ ਜਾਂ ਉਸ ਦੇ ਪਿੱਛੇ ਲੱਗ ਕੇ ਜਿਨੇ ਜਿਨੇ ਵੀ ਉਸ ਗੁਰਮੁਖ ਨੂੰ ਸੇਵਿਆ ਜਿਹੜੇ ਨਾਮ ਜਪਣ ਵਾਲੇ ਹਨ ਉਹਨਾਂ ਨੂੰ ਹਰ ਤਰ੍ਹਾਂ ਦੇ ਸੁੱਖ ਹੋਏ ਸੁੱਖ ਪਾਏ ਉਹਨਾਂ ਨੇ ਤੇ ਉਹ ਗੁਰਮੁਖ ਆਪ ਤਾਂ ਹੀ ਉਤਰਿਆ ਹੀ ਹੈ ਪਰ ਜਿਹੜੇ ਉਸ ਦੇ ਲੜ ਲੱਗੇ ਹਨ ਜੋ ਉਸ ਦੇ ਦੱਸੇ ਹੋਏ ਰਸਤੇ ਤੇ ਚੱਲਦੇ ਹਨ ਉਹਨਾਂ ਦਾ कुटुंब ਜਾਨੀ ਕਿ ਉਹਨਾਂ ਦਾ ਖਾਨਦਾਨ ਜਗਤ ਤੇ ਸਿੱਖ ਇਹ ਸਾਰੇ ਹੀ ਉਸ ਦੇ ਨਾਲ ਤਰ ਜਾਂਦੇ ਹਨ ਜੋ ਜੀਵ ਹੈ ਮਾਤ ਲੋਕ ਤੇ ਅਕਾਲ ਪੁਰਖ ਨੇ ਭੇਜਿਆ ਹੈ ਕਾਦੇ ਵਾਸਤੇ ਕਰਮ ਕਰਨ ਵਾਸਤੇ ਅਸੀਂ ਸਾਰੇ ਇੱਥੇ ਕਰਮ ਜੋਗੀ ਹਾਂ ਤੇ ਇਹ ਸਾਡੇ ਹੱਥ ਦੇ ਵਿੱਚ ਹੈ ਕਿ ਅਸੀਂ ਕਰਮ ਕਿਸ ਤਰ੍ਹਾਂ ਦੇ ਕਰਨੇ ਹਨ ਅچھے ਕਰਮ ਕਰਨੇ ਹਨ ਜੋ ਬੁਰੇ ਕਰਮ ਕਰਨੇ ਹਨ ਫਿਰ ਸਾਨੂੰ ਇਹਨਾਂ ਕਰਮਾਂ ਅਨਸਾਰ ਫਲ ਮਿਲਦਾ ਹੈ ਆਸਾ ਦੀ ਵਾਰ ਦੇ ਵਿੱਚ ਸ੍ਰੀ ਸਤਗੁਰੂ ਜੀ ਫਰਮਾਉਂਦੇ ਹਨ ਅੱਗੇ ਕਰਨੀ ਕੀਰਤਵਾਚੀ ਹੈ ਬਹਿ ਲੇਖਾ ਕਰ ਸਮਝਾਇਆ ਜਿਹੜਾ ਅੱਗੇ ਜਦੋਂ ਅਸੀਂ ਇਸ ਮਾਤ ਲੋਕ ਤੋਂ ਸਰੀਰ त्याग ਕੇ ਅੱਗੇ ਜਦੋਂ ਜਾਣਾ ਹੈ ਨਾ ਉੱਥੇ ਸਾਡੇ ਜਿਹੜੇ ਕਰਮਾਂ ਜੋ ਅਸੀਂ ਕੰਮ ਇੱਥੇ ਕੀਤੇ ਹਨ ਕਰਮ ਕਾਂਡ ਜੋ ਧਰਤੀ ਤੇ ਕੀਤੇ ਹਨ ਉਹਨਾਂ ਨੂੰ ਵਾਚਿਆ ਜਾਏਗਾ ਯਾਨੀ ਕਿ ਉਹਨਾਂ ਨੂੰ ਦੇਖਿਆ ਜਾਏਗਾ ਅਤੇ ਉੱਥੇ ਵੀ ਸਾਨੂੰ ਉਹ ਜਿਹੜਾ ਸਾਡੇ ਕਰਮਾਂ ਦਾ ਲੇਖਾ ਜੋਖਾ ਹੈ ਨਾ ਉਹ ਵੀ ਸਮਝਾਇਆ ਜਾਏਗਾ ਕਿ ਬਈ ਆ ਕੰਮ ਕਰਕੇ ਆਇਆ ਹੈ ਤੋ ਸੱਚੇ ਪਾਤਸ਼ਾਹ ਜੀ ਇਸ ਪੌੜੀ ਦੇ ਵਿੱਚ ਸਾਰਾ ਇਸ ਵਾਸਤੇ ਗਿਆਨ ਦਿੰਦੇ ਹਨ ਇਸ ਦੇ ਉੱਪਰ ਹੀ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ ਕਹਿੰਦੇ ਹਨ ਕਿ ਅਪੀਨੇ ਭੋਗ ਭੋਗ ਕੇ ਹੋਏ ਪਸਮਣ ਪੌਰ ਸਦਾਇਆ ਵੱਡਾ ਹੋਆ ਦੁਨੀਦਾਲ ਗਲ ਸੰਗਲ ਕੱਤ ਚਲਾਇਆ ਭਾਵ ਕਿ ਅਪੀਨੇ ਭੋਗ ਭੋਗ ਕੇ ਜਦੋਂ ਸਾਰੀ ਸਾਡੀ ਇਸ ਧਰਤੀ ਦੇ ਉੱਪਰ ਆਇਉ ਜਿਹੜੀ ਹੈ ਅਸੀਂ ਭੋਗ ਲੈਨੇ ਹਾਂ ਸਾਨੂੰ ਅਕਾਲ ਪੁਰਖ ਨੇ ਇਸ ਧਰਤੀ ਤੇ ਭੇਜਿਆ ਹੈ ਜਦੋਂ ਅਸੀਂ ਇਸ ਨੂੰ ਭੋਗ ਲੈਨੇ ਹਾਂ ਫਿਰ ਉਸ ਤੋਂ ਬਾਅਦ ਜਦੋਂ ਸਮਾਪਤੀ ਹੁੰਦੀ ਹੈ ਸਾਡਾ ਜਿਹੜਾ ਸਰੀਰ ਹੈ ਪਸਮਣ ਜਾਨੀ ਕਿ ਉਹ ਪਸਮ ਹੋ ਜਾਂਦਾ ਹੈ ਸੂਅ ਬਣ ਜਾਂਦਾ ਹੈ ਸਾੜ ਦਿੱਤਾ ਜਾਂਦਾ ਹੈ ਤੇ ਜਿਹੜਾ ਪੌਰ ਹੈ ਜਾਨੀ ਕਿ ਸਾਡੀ ਅੰਤਰ ਆਤਮਾ ਉਸ ਨੂੰ ਅਕਾਲ ਪੁਰਖ ਵੱਲੋਂ ਸੱਦਾ ਦਿੱਤਾ ਜਾਂਦਾ ਹੈ ਕਿ ਬਈ ਹੁਣ ਤੇਰਾ ਸਮਾਂ ਖਤਮ ਹੋ ਗਿਆ ਹੈ ਤੁਸੀਂ ਵਾਪਸ ਆਓ ਤਾਂ ਉਸ ਵੇਲੇ ਜਿਹੜੇ ਜੰਮ ਰਾਜੇ ਦੇ ਹੀਰੂ ਹੁੰਦੇ ਹਨ ਯਾਨੀ ਕਿ ਉਹਦੇ ਨੌਕਰ ਹੁੰਦੇ ਹਨ ਉਹ ਫਿਰ ਗਲ ਦੇ ਵਿੱਚ ਸੰਗਲ ਪਾ ਕੇ ਉਹ ਫਿਰ ਲੈ ਕੇ ਜਾਂਦੇ ਹਨ ਵੱਡਾ ਹੋਵਾ ਦੁਨੀਦਾਲ ਗਲ ਸੰਗਲ ਘੱਟ ਚਲਾਇਆ ਉਹ ਫਿਰ ਗੱਲ ਦੇ ਵਿੱਚ ਸੰਗਲ ਪਾ ਕੇ ਲੈ ਕੇ ਜਾਂਦੇ ਹਨ ਜਿਸ ਦਾ ਉਹ ਲਿਖਿਆ ਹੈ ਨਾ ਕਿ ਜਮ ਰਾਜੇ ਕੇ হেরੂ ਆਏ ਮਾਇਆ ਕੇ ਸੰਗਲ ਬੰਦ ਲਿਆ ਆ ਜਾਨੀ ਕਿ ਉਹ ਫਿਰ ਉੱਥੇ ਫਿਰ ਇਹ ਨਹੀਂ ਦੇਖਿਆ ਜਾਂਦਾ ਕਿ ਇਹ ਬੰਦਾ ਕਿੱਡਾ ਵੱਡਾ ਹੈ ਅਮੀਰ ਹੈ ਗਰੀਬ ਹੈ ਉੱਥੇ ਕੁਝ ਇਸ ਚੀਜ਼ ਦਾ ਦੇਖਿਆ ਨਹੀਂ ਜਾਂਦਾ ਉਸ ਵੇਲੇ ਸਿਰਫ ਉਹਦੀ ਆਤਮਾ ਹੁੰਦੀ ਹੈ ਉਹਦੇ ਕਰਮਾਂ ਦੇ ਹਿਸਾਬ ਦੇ ਨਾਲ ਉਸ ਨੂੰ ਲਜਾਇਆ ਜਾਂਦਾ ਹੈ ਫਿਰ ਇਸੇ ਪੌੜੀ ਨੂੰ ਅੱਪਾ ਅੱਗੇ ਹੋ ਲੈ ਕੇ ਚਲੀਏ ਸੱਚੇ ਪਾਤਸ਼ਾਹ ਜੀ ਫਰਮਾਨਦੇ ਹਨ ਕਿ ਅੱਗੇ ਕਰਨੀ ਕੀਤ ਬਾਚੀ ਹੈ ਬਹਿਲੇਖਾ ਕਰ ਸਮਝਾਇਆ ਥਾਉ ਨਾ ਹੋਵੇ ਪੌਦਈ ਹੁਣ ਸੁਣੀਏ ਕਿਆ ਰੋ ਆਇਆ ਹੁਣ ਜਿਦਾ ਪਹਿਲਾਂ ਮੈਂ ਅਰਜ਼ ਕੀਤੀ ਕਿ ਉੱਥੇ ਧਰਮ ਰਾਜ ਫਿਰ ਸਾਡੇ ਜਿਹੜੇ ਕਰਮ ਕਾਂਨ ਹਨ ਸਾਡੀ ਜੋ ਕਰਨੀ ਹੈ ਸਾਡੇ ਜੋ ਕਰਮ ਹਨ ਉਹ ਫਿਰ ਸਾਨੂੰ ਦੱਸਦਾ ਹੈ ਕਿ ਆ ਵੀ ਤੁਸੀਂ ਭਾਈ ਕਰਕੇ ਆਏ ਆ ਤੇ ਇਸ ਦਾ ਫਲ ਤੁਹਾਨੂੰ ਇਸ ਤਰ੍ਹਾਂ ਮਿਲਣਾ ਹੈ ਫੇਰ ਜੇ ਤਾਂ ਅਸੀਂ ਉਹ ਗਲਤ ਕੰਮ ਕਰਕੇ ਆਏ ਹਾਂ ਫੇਰ ਤਾਂ ਸੱਚੇ ਪਾਸ਼ਾ ਕਹਿੰਦੇ ਹਨ ਕਿ ਥਾਵ ਨਾ ਹੋਵੇ ਪੌਦੇ ਹੀ ਉੱਥੇ ਫੇ ਥਾਂ ਨਹੀਂ ਲੱਭਦੀ ਕਿ ਕਿੱਥੇ ਲੁਕੀਏ ਕਿੱਥੇ ਨੂੰ ਣਠੀਏ ਉੱਥੇ ਕੋਈ ਜਗ੍ਹਾ ਨਹੀਂ ਲੱਭਦੀ ਕਿ ਅਸੀਂ ਕਿੱਥੇ ਜਾ ਕੇ ਲੁਕ ਜਾਈਏ ਇਹਨਾਂ ਤੋਂ ਬਚ ਜਾਈਏ ਸਜ਼ਾ ਤੋਂ ਔਰ ਉੱਥੇ ਫੇ ਇਹ ਹੁੰਦਾ ਹੈ ਕਿ ਸੱਚੇ ਪਾਸ਼ਾ ਇਦਾਂ ਹੀ ਫਰਮਾਉਂਦੇ ਹਨ ਥਾਵ ਨਾ ਹੋਵੇ ਪੌਦੇ ਹੀ ਹੁਣ ਸੁਣੀਏ ਕਿਆ ਰੋ ਆਇਆ ਉੱਥੇ ਨਾ ਹੀ ਕੋਈ ਸੁਣਨ ਵਾਲਾ ਹੈ ਕਿ ਇਹ ਰੋਂਦਾ ਹੈ ਨਾ ਹੀ ਤੁਹਾਡੇ ਕਿਸੇ ਰੋਣ ਨੂੰ ਉਹਨਾਂ ਨੇ ਉਸ ਨੂੰ ਕੋਈ ਹਮiyet ਦੇਣੀ ਹੈ ਉਹ ਫਿਰ ਜਿਹੜੇ ਜੰਮ ਰਾਜੇ ਦੇ ਰਾਜੇ ਦੇ 헤ਰੂ ਹਨ ਜਾਂ ਉਹਦੇ ਨੌਕਰ ਹਨ ਉਹ ਫਿਰ ਇਹੀ ਗੱਲ ਕਹਿੰਦੇ ਹਨ ਕਿ ਤੇਰੇ ਇਸ ਰੋਣ ਦਾ ਹੁਣ ਕੀ ਫਾਇਦਾ ਹੈ ਜਦੋਂ ਤੈਨੂੰ ਸਮਝਾਇਆ ਗਿਆ ਸੀ ਕਿ ਪਰਮੇਸ਼ਾ ਦਾ ਨਾਮ ਜਪ ਸੱਚੇ ਮਾਰਗ ਤੇ ਚੱਲ ਉਦੋਂ ਤੂੰ ਤੁਰਿਆ ਨਹੀਂ ਹੁਣ ਰੋਣ ਦਾ ਕੀ ਫਾਇਦਾ ਹੋਇਆ ਜਿੱਦਾਂ ਗੁਰਬਾਣੀ ਦੇ ਵਿੱਚ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਹਿੰਦੇ ਹਨ ਕਿ ਰੇ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਬੜੇ ਪਿਆਰ ਦੇ ਨਾਲ ਸੱਚੇ ਪਾਤਸ਼ਾਹ ਜੀ ਇਹ ਆਖਦੇ ਹਨ ਕਿ ਇਹ ਮੇਰੇ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਤੂੰ ਸੱਚ ਦੀ ਰਾਹ ਤੇ ਚੱਲ ਇਹ ਕੁਟੰਬ ਤੂੰ ਜੋ ਤੂੰ ਜੇ ਦੇਖਦਾ ਚੱਲੇ ਨਹੀਂ ਤੇਰੇ ਨਾਲੇ ਕਿ ਆ ਜਿਹੜਾ ਕੁਟੰਬ ਹੈ ਜਿਹਨੂੰ ਦੇਖ ਕੇ ਬੜਾ ਖੁਸ਼ ਹੁੰਨਾ ਹੈ ਜਿਹਦੇ ਉੱਪਰ ਤੂੰ ਬੜਾ ਇਹ ਗੌਰਵ ਮਹਿਸੂਸ ਕਰਦਾ ਹੈ ਹੰਕਾਰ ਕਰਦਾ ਹੈ ਇਹ ਕੁਟੰਬ ਜੋ ਹੈ ਨਾ ਇਹ ਤੇਰੇ ਨਾਲ ਨਹੀਂ ਚੱਲਣਾ ਜਦੋਂ ਤੂੰ ਜਾਣਾ ਇਕੱਲੇ ਨਹੀਂ ਜਾਣਾ ਇਕੱਲਾ ਹੀ ਆਇਆ ਸੀ ਇਕੱਲਾ ਹੀ ਜਾਵੇਂਗਾ ਇਹ ਕੁਟੰਬ ਤੂਜੇ ਦੇਖਦਾ ਚੱਲੇ ਨਹੀਂ ਤੇਰੇ ਨਾਲੇ ਸਾਥ ਤੇਰੇ ਚੱਲੇ ਨਹੀਂ ਤਿਸ ਨਾਲ ਕਿਉਂ ਚਿਤ ਲਾਈਏ ਉਹ ਜਦ ਨਾਲ ਹੀ ਨਹੀਂ ਨੇ ਜਾਣਾ ਕਿਸੇ ਨੇ ਤੇਰੇ ਨਾਲ ਤੇ ਫੇ ਇਹਦੇ ਨਾਲ ਮਨ ਲਾਉਣ ਦੀ ਲੋੜ ਹੀ ਕਿ ਪਈ ਹੈ ਕਿਉਂ ਆਪਣੇ ਆਪ ਨੂੰ ਤੂੰ ਇਹਦੇ ਉੱਪਰ ਆਪਣੇ ਆਪ ਨੂੰ ਬੰਨ ਲਿਆ ਹੈ ਫਿਰ ਸੱਚੇ ਪਾਤਸ਼ਾਹ ਜੀ ਕਿਰਪਾ ਕਹਿੰਦੇ ਕਰਦੇ ਹਨ ਕਹਿੰਦੇ ਹਨ ਕਿ ਐਸਾ ਕੰਮ ਮੂਲੇ ਨਾ ਕੀਚੇ ਜਿਤ ਅੰਤ ਪਛੋਤਾਈਏ ਉੱਥੇ ਆਪਾਂ ਜਾਈਏ ਕਿ ਜਿੱਥੇ ਉਹ ਕਹਿੰਦੇ ਹਨ ਹਨ ਕਿ ਹੁਣ ਰੋਣ ਦਾ ਕੀ ਫਾਇਦਾ ਹੈ ਹੈ ਥਾਉ ਨਾ ਹੋਵੇ ਪੌਦੇ ਹੀ ਹੁਣ ਸੁਣੀਏ ਕਿਆ ਰੁਆਇਆ ਹੁਣ ਰੋਣ ਦਾ ਕੀ ਫਾਇਦਾ ਹੋਇਆ ਸੱਚੇ ਪਾਤਸ਼ਾਹ ਜੀ ਉਸ ਵਾਰ ਸੀ ਉਪਦੇਸ਼ ਦਿੰਦੇ ਹਨ ਕਿ ਐਸਾ ਕੰਮ ਮੂਲੇ ਨਾ ਕੀਚੇ ਐਦਾਂ ਦਾ ਕੰਮ ਬਿਲਕੁਲ ਹੀ ਨਾ ਕਰੋ ਕਿ ਜਿਹੜਾ ਅੰਤ ਦੇ ਵਿੱਚ ਪਛਤਾਉਣਾ ਪਵੇ ਤੇ ਸਤਿਗੁਰ ਕਾ ਉਪਦੇਸ਼ ਸੁਣ ਸਤਿਗੁਰ ਦਾ ਉਪਦੇਸ਼ ਸੁਣ ਜੋ ਹੋਵੇ ਤੇਰੇ ਨਾਲੇ ਜਿਹੜਾ ਸਤਿਗੁਰ ਦਾ ਉਪਦੇਸ਼ ਹੈ ਉਹ ਉਸ ਨੂੰ ਸੁਣ ਉਹ ਤੇਰੇ ਵਾਸਤੇ ਲੋਕ ਅਤੇ ਪਰਲੋਕ ਤੇਰੇ ਸੁਖੇਲੇ ਜਾਨੀ ਕਿ ਉਹ ਤੇਰਾ ਪਰਲੋਕ ਦੇ ਵਿੱਚ ਵੀ ਸਹਾਇਤਾ ਕਰੇਗਾ ਤੇ ਪਰਲੋਕ ਦੇ ਵਿੱਚ ਵੀ ਸਹਾਇਤਾ ਕਰੇਗਾ ਇਸ ਦੁਨੀਆ 'ਚ ਵੀ ਤੇਰੀ ਸਹਾਇਤਾ ਕਰੇਗਾ ਤਾਂ ਅਗਲੀ ਦੁਨੀਆ ਦੇ ਵਿੱਚ ਵੀ ਜਾ ਕੇ ਤੇਰੀ ਉਹ ਸਹਾਇਤਾ ਕਰੇਗਾ ਫਿਰ ਜਿੱਦਾਂ ਸੱਚੇ ਪਾਤਸ਼ਾਹ ਜੀ ਉਸ ਬਾਡੀ ਦੇ ਖੀਰ ਤੇ ਕਹਿੰਦੇ ਹਨ ਕਿ ਮਨ ਅੰਦੇ ਜਨਮ ਗੁਆਇਆ ਜਿਹੜਾ ਫਿਰ ਜੀਵ ਸਤਗੁਰ ਦੇ ਹੁਕਮ ਤੇ ਨਹੀਂ ਚੱਲਦਾ ਅੰਨਾ ਹੋ ਕੇ ਕੁਕਰਮ ਕਰਦਾ ਹੈ ਉਹ ਫਿਰ ਕੀ ਕਰਦਾ ਹੈ ਆਪਣਾ ਜਿਹੜਾ ਜਨਮ ਹੈ ਨਾ ਉਸ ਨੂੰ ਗੁਆ ਲੈਂਦਾ ਹੈ ਉਹ ਵਿਅਰਥ ਹੋ ਜਾਂਦਾ ਹੈ ਫਿਰ ਅਸੀਂ ਇਸ ਚੀਜ਼ ਤੇ ਵਿਚਾਰ ਕਰੀਏ ਜੋ ਸਾਨੂੰ ਗ੍ਰੰਥਾਂ ਦੇ ਵਿੱਚੋਂ ਮਿਲਦਾ ਹੈ ਕਿ ਜੋ ਕੁਝ ਅਸੀਂ ਪਿਛਲੇ ਜਨਮ ਦੇ ਵਿੱਚ ਕਰਮ ਕੀਤੇ ਹਨ ਉਹਨਾਂ ਅਨਸਾਰ ਸਾਨੂੰ ਇਸ ਕਰਮ ਦੇ ਵਿੱਚ ਫਲ ਮਿਲਦਾ ਹੈ ਤਾਂ ਅਤੇ ਜੋ ਅਸੀਂ ਇਸ ਜਨਮ ਦੇ ਵਿੱਚ ਫਲਕ ਕੰਮ ਕਰਦੇ ਹਾਂ ਇਸ ਦਾ ਫਲ ਸਾਨੂੰ ਅਗਲੇ ਜਨਮਾਂ ਦੇ ਵਿੱਚ ਮਿਲਦਾ ਹੈ ਇਸੇ ਤਰ੍ਹਾਂ ਵੀ ਹੁੰਦਾ ਹੈ ਕਿ ਕਈ ਵਾਰ ਜੋ ਅਸੀਂ ਕਰਮ ਕਰਦੇ ਹਾਂ ਉਸ ਦਾ ਸਾਨੂੰ ਫਲ ਉਸੇ ਵੇਲੇ ਮਿਲ ਜਾਂਦਾ ਹੈ ਪਰ ਕਈ ਵਾਰ ਸਾਡੇ ਅਗਲੇ ਜਨਮ ਦੇ ਵਿੱਚ ਜਾ ਕੇ ਉਸ ਦਾ ਫਲ ਮਿਲਦਾ ਹੈ ਸੱਚੇ ਪਾਤਸ਼ਾਹ ਜੀ ਆਪ ਹੀ ਫਰਮਾਉਂਦੇ ਹਨ ਕਿ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਭਾਵ ਕਿ ਇਹ ਜਿਹੜੇ ਸੋਹਣੇ ਸੋਹਣੇ ਕੱਪੜੇ ਪਾਉਂਦੇ ਹਾਂ ਆਪਣੇ ਆਪ ਨੂੰ ਸੋਹਣਾ ਬਣਾਉਂਦੇ ਹਾਂ ਇਹ ਜਿਹੜਾ ਬਹੁਤ ਸੋਹਣਾ ਜਿਹੜਾ ਸੰਸਾਰ ਹੈ ਇਹ ਸਾਰਾ ਕੁਝ ਦੁਨੀਆ ਦੇ ਵਿੱਚ ਛੱਡ ਕੇ ਚਲੇ ਜਾਣਾ ਇਹ ਨਾਲ ਨਹੀਂ ਜਾਣਾ ਛੱਡ ਦੁਨੀਆ ਅੰਦਰ ਜਾਵਣਾ ਸਾਰਾ ਕੁਝ ਇੱਥੇ ਛੱਡ ਕੇ ਚਲੇ ਜਾਣਾ ਹੈ ਤੇ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਉਣਾ ਜੋ ਕੁਝ ਵੀ ਅਸੀਂ ਅچھے ਤੇ ਬੁਰੇ ਕੰਮ ਕਰਦੇ ਹਾਂ ਉਹਦਾ ਜਿਹੜਾ ਕੀਤਾ ਹੈ ਨਾ ਉਹ ਫੇਰ ਸਾਨੂੰ ਪਾਉਣਾ ਪੈਂਦਾ ਹੈ ਉਹ ਜਾ ਕੇ ਅੱਗੇ ਉਸਦਾ ਫਲ ਸਾਨੂੰ ਭੁਗਤਣਾ ਪੈਂਦਾ ਹੈ ਜਿਸ ਤਰ੍ਹਾਂ ਲਿਖਿਆ ਹੈ ਕਿ ਜੀਵ ਦੇ ਤਿੰਨ ਮਿੱਤਰ ਹਨ ਪਹਿਲਾ ਧਨ ਦੂਜਾ ਸੰਬੰਧੀ ਯਾਨੀ ਕਿ ਰਿਸ਼ਤੇਦਾਰ ਤੇ ਤੀਸਰਾ ਕਰਮ ਜਿਹੜਾ ਤਨ ਹੈ ਨਾ ਇਹ ਉਦੋਂ ਤੱਕ ਸਾਡਾ ਮਿੱਤਰ ਰਹਿੰਦਾ ਹੈ ਜਦੋਂ ਤੱਕ ਸਾਡੀ ਜ਼ੁਬਾਨ ਬੰਦ ਨਹੀਂ ਹੋ ਜਾਂਦੀ ਜਦੋਂ ਸਾਡੀ ਜ਼ੁਬਾਨ ਬੰਦ ਹੋ ਗਈ ਤਾਂ ਇਹ ਜਿਹੜਾ ਤਨ ਹੈ ਇਸ ਨੇ ਸਾਡਾ ਸਾਥ ਛੱਡ ਦੇਣਾ ਹੈ ਦੂਜਾ ਨੰਬਰ ਹੈ ਸੰਬੰਧੀ ਯਾਨੀ ਕਿ ਰਿਸ਼ਤੇਦਾਰ ਸਾਖ ਸੰਬੰਧੀ ਇਹਨਾਂ ਦਾ ਸਾਥ ਸਿਰਫ ਮਸਾਣਾ ਤੱਕਰ ਹੈ ਜਦੋਂ ਤੱਕ ਆਦਮੀ ਜੀਵਤ ਹੈ ਉਦੋਂ ਤੱਕ ਇਹਨਾਂ ਦਾ ਸਾਥ ਹੈ ਜਦੋਂ ਜੀਵ ਜਾ ਕੇ ਮਸਾਣਾ ਦੇ ਅੰਦਰ ਉਸ ਨੂੰ ਸਾੜ ਦਿੱਤਾ ਜਾਂਦਾ ਹੈ ਉਦੋਂ ਤੱਕ ਇਹ ਜਿਹੜੇ ਸੰਬੰਧੀ ਹਨ ਨਾਲ ਹਨ ਪਰ ਉਸ ਤੋਂ ਬਾਅਦ ਉਹਨਾਂ ਦੀ ਭੂਮਿਕਾ ਖਤਮ ਉਹਨਾਂ ਦਾ ਜਿਹੜੀ ਤੁਹਾਡੇ ਨਾਲ ਮਿੱਤਰਤਾ ਹੈ ਨਾ ਉਹ ਖਤਮ ਹੋ ਜਾਂਦੀ ਹੈ ਕਿਉਂਕਿ ਫੇ ਤੁਸੀਂ ਕੱਲਿਆਂ ਨੇ ਜਾਣਾ ਹੈ ਤੇ ਜਿਹੜੇ ਕਰਮ ਹਨ ਸਾਡੇ ਇਹ ਅਸਲੀ ਮਿੱਤਰ ਹਨ ਇਹ ਸਾਡੇ ਨਾਲ ਰਹਿੰਦੇ ਹਨ ਜਨਮਾਂ ਜਨਮਾਂ ਤਨਾ ਤੱਕ ਔਰ ਇਸ ਦੇ ਸਾਨੂੰ ਫਲ ਭੁਗਤਨੇ ਪੈਂਦੇ ਹਨ ਕਿਉਂ ਤਾਂ ਹੀ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵੜਾ ਅਸੀਂ ਜਿਹੜੇ ਅੱਛੇ ਜਾਂ ਬੁਰੇ ਕਰਮ ਕਰਦੇ ਹਾਂ ਨਾ ਇਹਦਾ ਫਿਰ ਸਾਨੂੰ ਫਲ ਜਿਹੜਾ ਹੈ ਉਹ ਭੁਗਤਣਾ ਪੈਂਦਾ ਹੈ ਸਤਗੁਰੂ ਜੀ ਇੱਕ ਪਰਮਾਨ ਹੋਰ ਦਿੰਦੇ ਹਨ ਜਪਜੀ ਸਾਹਿਬ ਦੇ ਵਿੱਚ ਕੀ ਕਰ ਕਰ ਕਰਣਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਵਹੁ ਜਾਓ ਭਾਵ ਕਿ ਜੋ ਕੁਝ ਅਸੀਂ ਕਰਦੇ ਹਾਂ ਉਸ ਦਾ ਹਿਸਾਬ ਕਿਤਾਬ ਲਿਖਿਆ ਜਾਂਦਾ ਹੈ ਸਾਡੇ ਮੋਢਿਆਂ ਦੇ ਉੱਪਰ ਇੱਕ ਪਾਸੇ ਚਿੱਤਰ ਬੈਠਾ ਹੈ ਤੇ ਦੂਸਰੇ ਤੇ ਗੁਪਤ ਬੈਠਾ ਹੈ ਜਿਹੜਾ ਚਿੱਤਰ ਹੈ ਨਾ ਇਹ ਸਾਡੇ ਸੱਚੇ ਸੱਜੇ ਮੋੜੇ ਤੇ ਬੈਠਾ ਹੈ ਤੇ ਇਹ ਦਿਨ ਦਾ ਸਾਰਾ ਸਾਡਾ ਹਿਸਾਬ ਲਿਖਦਾ ਹੈ ਤੇ ਜਿਹੜਾ ਗੁਪਤ ਹੈ ਇਹ ਖੱਬੇ ਮੋੜੇ ਤੇ ਬੈਠਾ ਹੈ ਇਹ ਸਾਰਾ ਰਾਤ ਦਾ ਸਾਡਾ ਹਿਸਾਬ ਲਿਖਦਾ ਹੈ ਕਿ ਅਸੀਂ ਕੀ ਸੋਚਦੇ ਪਏ ਹਾਂ ਸੁੱਤੇ ਪਏ ਵੀ ਇਹ ਸਾਰਾ ਹਿਸਾਬ ਕਿਤਾਬ ਲਿਖਿਆ ਜਾਂਦਾ ਕਿ ਜਿਹੜਾ ਉੱਥੇ ਫੇਰ ਹਿਸਾਬ ਕਿਤਾਬ ਦੇ ਵਿੱਚ ਕੋਈ ਫਰਕ ਨਾ ਪਵੇ ਤੇ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਓ ਜੋ ਕੁਝ ਤੁਸੀਂ ਬੀਜਦੇ ਹਾਂ ਨਾ ਇਸ ਧਰਤੀ ਤੇ ਇਸ ਮਾਤ ਲੋਕ ਤੇ ਉਤਮਾਨੂ ਉਹਦਾ ਫਲ ਭੁਗਤਣਾ ਪਏਗਾ ਤੁਹਾਨੂੰ ਉਹ ਖਾਣਾ ਪਏਗਾ ਜਿੱਦਾਂ ਗੁਰਬਾਣੀ ਦੇ ਵਿੱਚ ਵੀ ਆਉਂਦਾ ਹੈ ਨਾ ਕਿ ਬੀਜੇ ਬਿਖ ਮੰਗੇ ਅੰਮ੍ਰਿਤ ਵੇਖੋ ਇਹ ਨਿਆਓ ਕਿ ਅਸੀਂ ਜ਼ਹਿਰ ਬੀਜਦੇ ਹਾਂ ਪਰ ਮੰਗਦੇ ਅੰਮ੍ਰਿਤ ਆ ਇਦਾਂ ਨਹੀਂ ਹੋ ਸਕਦਾ ਜੇ ਅਸੀਂ ਜ਼ਹਿਰ ਬੀਜਦੇ ਹਾਂ ਸਾਨੂੰ ਜ਼ਹਿਰ ਹੀ ਮਿਲੇਗਾ ਸੋ ਸੱਚੇ ਪਾਤਸ਼ਾਹ ਜੀ ਅਗਲੀ ਪੰਕਤੀ 'ਚ ਕਹਿੰਦੇ ਹਨ ਕਿ ਨਾਨਕ ਹੁਕਮੀ ਆਵੋ ਜਾਓ ਇਹ ਫਿਰ ਜਿਹੜੇ ਕੋ ਕਰਮ ਕਰਨ ਵਾਲੇ ਬੰਦੇ ਹੁੰਦੇ ਹਨ ਇਹਨਾਂ ਨੂੰ ਫੇ ਆਵਾਜਾਈ ਦੇ ਵਿੱਚ ਇਹਨਾਂ ਦਾ ਕੰਮ ਲੱਗ ਜਾਂਦਾ ਹੈ ਕਿਉਂਕਿ ਇਹਨਾਂ ਨੂੰ ਫੇ ਆਪਣੇ ਕਰਮ ਭੁਗਤਣੇ ਪੈਂਦੇ ਹਨ ਭੁਗਤਣ ਵਾਸਤੇ ਫੇ ਬਾਰ-ਬਾਰ ਜਨਮ ਲੈਂਦੇ ਹਨ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਇਸ ਦਾ ਭਾਵ ਦੱਸਦੇ ਹਨ ਫੇਰ ਸੱਚੇ ਪਾਤਸ਼ਾਹ ਜੀ ਇੱਕ ਜਗ੍ਹਾ ਤੇ ਹੋਰ ਕਿਰਪਾ ਕਰਦੇ ਹਨ ਕਹਿੰਦੇ ਹਨ ਕਿ ਜਿਹਾ ਬੀਜੇ ਸੋਲਣੇ ਕਰਮਾ ਸੰੜਾ ਖੇਤ ਇਹ ਜੋ ਹੈ ਸਾਡੀ ਜ਼ਿੰਦਗੀ ਹੈ ਇਹ ਕਿਸਮ ਦੇ ਕਹਿ ਲੋ ਕਿ ਬਹੁਤ ਵੱਡੀ ਇੱਕ ਫੀਲਡ ਹੈ ਜਿੱਥੇ ਅਸੀਂ ਬੀਜਦੇ ਹਾਂ ਆਪਣੇ ਕਰਮਾਂ ਦੇ ਇਹ ਫਿਰ ਜਦੋਂ ਬੀ ਜੜੇ ਹਨ ਇਹ ਫਿਰ ਉਗਰਦੇ ਹਨ ਇਹਨੂੰ ਫਿਰ ਫਰੂਟ ਲੱਗਦੇ ਹਨ ਉਹ ਫਿਰ ਸਾਨੂੰ ਖਾਣੇ ਪੈਂਦੇ ਹਨ ਇੱਕ ਸਾਖੀ ਹੁੰਦੀ ਹੈ ਮੰਡਵ ਰਿਖੀ ਜੀ ਦੀ ਮੰਡਵ ਰਿਖੀ ਜੀ ਬਹੁਤ ਹੀ ਪਹੁੰਚੇ ਹੋਏ ਸਾਧੂ ਸਨ ਤੇ ਜੰਗਲ ਦੇ ਵਿੱਚ ਬੈਠੇ ਤਪੱਸਿਆ ਕਰ ਰਹੇ ਸਨ ਤਪੱਸਿਆ ਕਰਦੇ ਹੋਏ ਇਹਨਾਂ ਦੇ ਅੱਗੇ ਕੁਸ਼ਚੂਰ ਸੁੱਚੇ ਮੋਤੀਆਂ ਦੀ ਮਾਲਾ ਰੱਖ ਗਏ ਉਥੇ ਦੇ ਰਾਜੇ ਦੇ ਮਹਿਲਾਂ ਵਿੱਚ ਚੋਰੀ ਹੋਈ ਸੀ ਤੇ ਸਿਪਾਈ ਚੋਰਾਂ ਦੀ ਭਾਲ ਕਰਦੇ ਫਿਰਦੇ ਸਨ ਤੇ ਜਦੋਂ ਇਹ ਰਿਸ਼ੀ ਦੇ ਮੋਰੇ ਆਏ ਮਾਨਵ ਰਿਸ਼ੀ ਦੇ ਸਾਹਮਣੇ ਤਾਂ ਉਹਨਾਂ ਨੇ ਦੇਖਿਆ ਕਿ ਮੋਤੀਆਂ ਦੀ ਮਾਲਾ ਇੱਥੇ ਪਈ ਹੈ ਉਹਨਾਂ ਨੇ ਰਿਸ਼ੀ ਜੀ ਨੂੰ ਫੜ ਕੇ ਰਾਜੇ ਦੇ ਸਾਹਮਣੇ ਪੇਸ਼ ਕਰ ਦਿੱਤਾ ਕਿ ਇਹ ਦੇਖੋ ਜੀ ਇਹ ਚੋਨਾਂ ਦਾ ਸਾਥੀ ਹੈ ਆਹ ਦੇਖੋ ਚੋਰੀ ਦਾ ਸਮਾਨ ਇਹਦੇ ਪਾਸੋਂ ਮਿਲਿਆ ਹੈ ਰਾਜੇ ਨੇ ਨਾ ਕੁਝ ਸੋਚਿਆ ਨਾ ਸਮਝਿਆ ਉਹਨਾਂ ਨੂੰ ਸੂਲੀ ਦੀ ਸਜ਼ਾ ਦੇ ਦਿੱਤੀ ਤੇ ਮਾਂਡਵ ਰਿਖੀ ਜੀ ਬੜੇ ਪਹੁੰਚੇ ਹੋਏ ਸਨ ਉਹਨਾਂ ਨੇ ਵਿਚਾਰ ਕੀਤਾ ਕਿ ਮੈਨੂੰ ਇਹ ਕਿਸ ਕਰਮ ਦੀ ਸਜ਼ਾ ਮਿਲੀ ਹੈ ਮੈਂ ਤਾਂ ਕੋਈ ਮਾੜਾ ਕਰਮ ਕੀਤਾ ਹੀ ਨਹੀਂ ਹੈ ਤੇ ਉਹਨਾਂ ਨੇ ਆਪਣੇ ਫਿਰ ਜਿਹੜੇ ਪਿਛਲੇ ਜਨਮ ਸਨ ਉਹਨਾਂ ਦੇ ਵਿੱਚ ਝਾਤੀ ਮਾਰਨੀ ਸ਼ੁਰੂ ਕੀਤੀ ਇੱਕ ਜਨਮ ਦੋ ਜਨਮ ਇਸ ਤਰ੍ਹਾਂ ਕਰਦੇ ਕਰਦੇ 100 ਜਨਮਾਂ ਤੱਕ ਚਲੇ ਗਏ ਆਪਣੇ 100 ਜਨਮਾਂ ਦੇ ਵਿੱਚ ਝਾਤੀ ਮਾਰੀ ਪਿਛਲੇ ਜਨਮਾਂ ਦੇ ਵਿੱਚ ਪਰ ਕੋਈ ਵੀ ਇਸ ਤਰ੍ਹਾਂ ਦਾ ਕਰਮ ਨਾ ਮਿਲਿਆ ਜਿਹਦੇ ਕਰਕੇ ਇਸ ਤਰ੍ਹਾਂ ਦੀ ਸਜ਼ਾ ਮਿਲ ਸਕੇ ਫਿਰ ਉਹਨਾਂ ਨੇ ਕੀ ਕੀਤਾ ਧਰਮ ਰਾਜ پاس ਗਏ ਤਾਂ ਫਿਰ ਉਹਨੂੰ ਪੁੱਛਿਆ ਕਿ ਮੈਂ ਆਪਣੇ ਪਿਛਲੇ 100 ਜਨਮਾਂ ਵਿੱਚ ਝਾਤੀ ਮਾਰ ਲਈ ਹੈ ਤੇ ਮੈਨੂੰ ਤਾਂ ਕੋਈ ਬੁਰਾ ਕਰਮ ਨਹੀਂ ਮਿਲਿਆ ਤਾਂ ਮੈਨੂੰ ਇਹ ਸੂਲੀ ਕਿਉਂ ਮਿਲੀ ਹੈ ਤੇ ਧਰਮ ਰਾਜ ਨੇ ਫਿਰ ਝਾਤੀ ਮਾਰੀ ਜਾਨੀ ਕਿ ਉਹਨਾਂ ਦੇ ਪਿਛਲੇ ਜਨਮ 101 ਪਿਛੇ 101 ਜਨਮ ਪਿਛੇ ਉਨੇ ਜਦੋਂ ਚਾਤੀ ਮਾਰੀ ਤਾਂ ਉਹ ਇਹ ਦੇਖਿਆ ਕਿ ਬਾਲ ਅਵਸਥਾ ਦੇ ਵਿੱਚ ਜਿਹੜੇ ਟਿੱਡੇ ਸਨ ਉਹਨਾਂ ਨੂੰ ਵਿੰਨਿਆ ਸੀ ਸੂਲੀ ਦੇ ਨਾਲ ਕਿਉਂ ਛੋਟੇ-ਛੋਟੇ ਜਿਹੜਾ ਕੰਡੇ ਹੁੰਦੇ ਨਾ ਉਹਨਾਂ ਦੇ ਨਾਲ ਉਹ ਟਿੱਡੇ ਜਿਹੜੇ ਸਨ ਉਹਨਾਂ ਨੂੰ ਵਿੰਨਿਆ ਸੀ ਤੇ ਉਹਦੇ ਕਰਕੇ ਇਹ ਸਜ਼ਾ ਮਿਲੀ ਤਾਂ ਫਿਰ ਉਹਨਾਂ ਨੇ ਮਾਂਡਵ ਰਿਖੀ ਜੀ ਨੇ ਕਿਹਾ ਕਿ ਉਸ ਵੇਲੇ ਮੇਰੀ ਬਾਲ ਅਵਸਥਾ ਸੀ ਮੈਂ ਉਹ ਬਹੁਤ ਸੀ ਤੰ ਮਿੰਨ ਤਾਂ ਪਤਾ ਵੀ ਨਹੀਂ ਸੀ ਮੈਂ ਕੀ ਕਰ ਰਿਹਾ ਹਾਂ ਤੇ ਇਹ ਜਿਹੜਾ ਕੁਕਰਮ ਹੋਇਆ ਹੈ ਉਸ ਦੀ ਸਜ਼ਾ ਮੈਨੂੰ ਨਹੀਂ ਸੀ ਮਿਲਣੀ ਚਾਹੀਦੀ ਉਹ ਮੇਰੇ ਮਾਤਾ ਪਿਤਾ ਨੂੰ ਮਿਲਣੀ ਚਾਹੀਦੀ ਸੀ ਤੋਂ ਉੱਥੇ ਫਿਰ ਧਰਮ ਰਾਜ ਨੇ ਖਿਵਾ ਮੰਗੀ ਤੇ ਰਾਜੇ ਨੂੰ ਵੀ ਸਮਝਾਇਆ ਤੇ ਉਹ ਸਾਰਿਆਂ ਨੇ ਮਾਫੀ ਮੰਗੀ ਇਸ ਸਾਖੀ ਤੋਂ ਇਹ ਪਤਾ ਲੱਗਦਾ ਹੈ ਕਿ 101 ਜਨਮ ਬਾਅਦ ਉਹ ਜਿਹੜਾ ਕਰਮ ਕੀਤਾ ਗਿਆ ਸੀ ਉਸ ਦੀ ਸਜ਼ਾ ਮੁਕਰਰ ਹੋਈ ਉਹ ਸਜ਼ਾ ਲੱਗੀ ਸੀ ਮਿਲਣ ਉਸ ਜਿਹੜਾ ਕਰਮ ਸੀ ਉਹ ਖਤਮ ਨਹੀਂ ਹੋਇਆ ਸੀ ਪਰ ਉਹਦੇ ਵਿੱਚ ਵੀ ਇੱਕ ਚੀਜ਼ ਦੇਖਿਆ ਜਾਏ ਤੋਂ ਵੀ ਜਾਣ ਬੁਝ ਦੇ ਕਰਕੇ ਉਹ ਜਿਹੜਾ ਪਾਪ ਸੀ ਕਰਮ ਸੀ ਉਹ ਨਹੀਂ ਸੀ ਕੀਤਾ ਗਿਆ ਉਹ ਅਣਜਾਣੇ ਦੇ ਵਿੱਚ ਕੀਤਾ ਗਿਆ ਸੀ ਤਾਂ ਹੀ ਸੱਚੇ ਪਾਤਸ਼ਾਹ ਜੀ ਗੁਰਬਾਣੀ ਦੇ ਵਿੱਚ ਫਰਮਾਉਂਦੇ ਹਨ ਕਿ ਨਰ ਅਚੇਤ ਪਾਪ ਤੇ ਡਰਦੇ ਕਿ ਜਿਹੜੇ ਕਰਮ ਜਿਹੜੇ ਪਾਪ ਬਿਨਾ ਸੋਚੇ ਸਮਝੇ ਤੇ ਵੀ ਕੀਤੇ ਜਾਂਦੇ ਹਨ ਕਈ ਬੰਦੇ ਕਹਿ ਦਿੰਦੇ ਹਨ ਜੀ ਇਹ ਮੈਂ ਜਾਣ ਕੇ ਨਹੀਂ ਕੀਤਾ ਮੇਰੇ ਕੋਲੋਂ ਗਲਤੀ ਦੇ ਵਿੱਚ ਹੋ ਗਿਆ ਹੈ ਸਤਗੁਰੂ ਜੀ ਕਹਿੰਦੇ ਹਨ ਕਿ ਨਰ ਅਚੇਤ ਪਾਪ ਤੇ ਡਰ ਰੇ ਜਿਹੜੇ ਪਾਪ ਤੁਹਾਡੇ ਪਾਸੋਂ ਗਲਤੀ ਦੇ ਵਿੱਚ ਵੀ ਹੋ ਜਾਂਦੇ ਉਹਨਾਂ ਤੋਂ ਵੀ ਡਰ ਕਿਉਂਕਿ ਉਹਦੀ ਸਜ਼ਾ ਤੈਨੂੰ ਜ਼ਰੂਰ ਮਿਲੇਗੀ ਪਰ ਲੇਕਿਨ ਇੱਥੇ ਇਹ ਤਾਂ ਸਾਨੂੰ ਪਤਾ ਲੱਗ ਗਿਆ ਕਿ ਤੇ ਅਚੇਤ ਦੀ ਗੱਲ ਕਰ ਰਹੇ ਹਨ ਪਰ ਕਦੀ ਅਸੀਂ ਆਪਣੇ ਵੱਲ ਕਦੀ ਨਿਗਾਹ ਮਾਰ ਕੇ ਦੇਖੀ ਹੈ ਕਿ ਅਸੀਂ ਕਿੰਨੇ ਪਾਪ ਅਸੀਂ ਜਾਣ ਬੁੱਝ ਕੇ ਕਰੀ ਜਾਂਦੇ ਹਾਂ ਇੱਕ ਸਾਖੀ ਹੋਰ ਆਉਂਦੀ ਹੈ ਮੇਰੇ ਸਾਹਮਣੇ ਆਈ ਹੈ ਇਹ ਸਾਖੀ ਨਾਰਾਇਣ ਹਰੀ ਉਪਦੇਸ਼ ਦੇ ਵਿੱਚ ਆਉਂਦੀ ਹੈ ਕਿ ਇੱਕ ਸਾਧੂ ਬੈਠਾ ਤਪੱਸਿਆ ਕਰ ਰਿਹਾ ਸੀ ਉਹਦੇ ਅੱਗੇ ਉਹਦੀ ਇੱਕ ਗਊ ਨੰਗੀ ਪਿੱਛੇ ਉਹਦੇ ਕੁਝ ਆਦਮੀ ਲੱਗੇ ਹੋਏ ਸਨ ਉਹਨਾਂ ਨੇ ਆ ਕੇ ਪੁੱਛਿਆ ਕਿ ਗਊ ਕਿੱਥੇ ਗਈ ਹੈ ਤੇ ਉਹ ਸਾਧੂ ਆਪਣੀ ਤਪੱਸਿਆ ਕਰਦਾ ਸੀ ਉਹਨੇ ਬੋਲਣਾ ਨਹੀਂ ਸੀ ਉਹਨੇ ਇਸ਼ਾਰੇ ਦੇ ਨਾਲ ਉਹਨਾਂ ਨੂੰ ਕਹਿ ਦਿੱਤਾ ਕਿ ਉਹ ਉਦਨੂ ਗਈ ਹੈ گاਉ ਤੇ ਸਾਧੂ ਨੂੰ ਨਹੀਂ ਸੀ ਪਤਾ ਕਿ ਇੱਕ ਕਸਾਈ ਹਨ ਜਿਹੜੇ ਉਹਦੇ ਪਿੱਛੇ ਲੱਗੇ ਹੋਏ ਹਨ ਉਹਨਾਂ ਨੇ ਅੱਗੇ ਜਾ ਕੇ ਉਸ ਗਊ ਨੂੰ ਫੜ ਲਿਆ ਤੇ ਮਾਰ ਦਿੱਤਾ ਤੇ ਅਗਲੇ ਜਨਮ ਦੇ ਵਿੱਚ ਉਸ ਸਾਧੂ ਦੇ ਉਸ ਸਾਧੂ ਦਾ ਹੱਥ ਵੱਡਿਆ ਗਿਆ ਇੱਥੋਂ ਇਹ ਪਤਾ ਲੱਗਦਾ ਹੈ ਕਿ ਅਚਨਚੇਤ ਜਾਨੀ ਕਿ ਉਸ ਸਾਧੂ ਨੂੰ ਪਤਾ ਨਹੀਂ ਸੀਗਾ ਕਿ ਮੈਂ ਗਲਤੀ ਕਰ ਰਿਹਾ ਹਾਂ ਉਹਨੂੰ ਨਹੀਂ ਸੀ ਪਤਾ ਕਿ ਪਿੱਛੇ ਕਸਾਈ ਲੱਗੇ ਹੋਏ ਹਨ ਪਰ ਉਸਨੇ ਹੱਥ ਦੇ ਨਾਲ ਉਹਨਾਂ ਨੂੰ ਕਸਾਈਆਂ ਨੂੰ ਕਹਿ ਦਿੱਤਾ ਕਿ ਗਊ ਉਧਰ ਗਈ ਹੈ ਔਰ ਉਸ ਦਾ ਫਿਰ ਉਸ ਨੂੰ ਫਲ ਉਸ ਨੂੰ ਭੁਗਤਣਾ ਪਿਆ ਫਿਰ ਵਿਚਾਰ ਹੁੰਦਾ ਹੈ ਕਿ ਸਾਡੇ ਉਹ ਵੀਰਾਂ ਦਾ ਕੀ ਹਾਲ ਹੋਵੇਗਾ ਜਿਹੜੇ ਜਾਣ ਬੁੱਝ ਕੇ ਜੀਵ ਹਕਾਤ ਕਰਦੇ ਹਨ ਮਾਸ ਖਾਂਦੇ ਹਨ ਉਹਨਾਂ ਨੂੰ ਕਿਸ ਤਰ੍ਹਾਂ ਦਾ ਭਿਆਨਕ ਫਲ ਮਿਲੇਗਾ ਉਹਨਾਂ ਦੇ ਕਸਾਈ ਪੁਨੇ ਦਾ ਕਬੀਰ ਜੀ ਵੀ ਫਰਮਾਨਦੇ ਹਨ ਕਬੀਰ ਜੋਰੀ ਕੀਏ ਜ਼ੁਲਮ ਹੈ ਕਹਿਤਾ ਕਹਤਾ ਨਾ ਹਲਾਲ ਦਫ਼ਤਰ ਲੇਖਾ ਮੰਗੀਏ ਤਬ ਹੋਏਗਾ ਕੌਣ ਹਵਾਲ ਤੋ ਉਸ ਵੇਲੇ ਕੌਣ ਤੁਹਾਡਾ ਹਾਮੀ ਪੜੇਗਾ ਕੌਣ ਤੁਹਾਡੀ ਉਸ ਵੇਲੇ ਸਹਾਇਤਾ ਕਰੇਗਾ ਜਦੋਂ ਤੁਹਾਨੂੰ ਉੱਥੇ ਪੁੱਛਿਆ ਜਾਵੇਗਾ ਕਿ ਜਿਹੜੇ ਜ਼ਬਰਦਸਤੀ ਤੂੰ ਜਾਨਵਰ ਮਾਰੇ ਹਨ ਉਹਨਾਂ ਨੂੰ ਕੋ-ਕੋ ਕੇ ਮਾਰਿਆ ਹੈ ਤਾਂ ਜਦੋਂ ਉੱਥੇ ਦਫ਼ਤਰ ਦੇ ਵਿੱਚ ਅਕਾਲ ਪੁਰਖ ਦੇ ਦਫ਼ਤਰ ਦੇ ਵਿੱਚ ਇਹ ਪੁੱਛਿਆ ਜਾਵੇਗਾ ਕਿ ਇਹ ਤੂੰ ਕਿਸ ਤਰ੍ਹਾਂ ਜ਼ੁਲਮ ਕੀਤਾ ਹੈ ਤਾਂ ਫੇ ਉੱਥੇ ਤੁਹਾਡੀ ਕੌਣ ਮਦਦ ਕਰੇਗਾ ਕਿਸ ਤਰ੍ਹਾਂ ਉਹਨਾਂ ਨੂੰ ਇਹਨਾਂ ਪਾਪਾਂ ਦਾ ਫਲ ਮਿਲੇਗਾ ਮੈਂ ਤੇ ਸੋਚ ਕੇ ਵੀ ਇਸ ਨੂੰ ਕਬਰਾਉਂਦਾ ਹਾਂ ਕਿ ਪਤਾ ਨਹੀਂ ਇਹਨਾਂ ਦੀ ਹਾਲਤ ਅਗਲੇ ਜਨਮ 'ਚ ਜਾ ਕੇ ਕੀ ਹੋਣੀ ਹੈ ਉਹ ਹੈਰਾਨੀ ਦੀ ਫੇ ਇੱਕ ਵੀ ਗੱਲ ਹੈ ਕਿ ਅਸੀਂ ਬਾਣੀ ਦੇ ਵਿੱਚ ਬਹੁਤ ਵਾਰੀ ਇਹ ਸਿਧਾਂਤ ਪੜਦੇ ਹਾਂ ਮੇਰੇ ਵੀਰ ਬਹੁਤ ਸਾਰੇ ਪੜਦੇ ਹਨ ਪਰ ਲੇਕਿਨ ਉਹ ਪਤਾ ਨਹੀਂ ਕਿਉਂ ਨਹੀਂ ਇਸ ਦਾ ਕੋਈ ਭੈ ਰੱਖਦੇ ਜਾਂ ਇਸ ਨੂੰ ਮਨ ਦੇ ਵਿੱਚ ਵਸਾਉਂਦੇ ਗੁਰੂ ਨਾਨਕ ਦੇਵ ਜੀ ਨੇ ਇੱਥੇ ਤੱਕ ਜਦੋਂ ਮੱਕੇ ਗਏ ਹਨ ਜਨਮ ਸਾਖੀ ਦੇ ਵਿੱਚ ਤੱਕ ਆਉਂਦੀ ਹੈ ਕਿ ਜਿਸ ਨੂੰ ਕੋਈ ਮਾਰਸੀ ਸੋ ਪੀ ਮਾਰਨ ਹਾਰ ਕਹਿਣ ਦਾ ਭਾਵ ਜੇ ਨੂੰ ਹੁਣ ਤੁਸੀਂ ਮਾਰ ਰਹੇ ਆ ਨਾ ਅਗਲੇ ਜਨਮ 'ਚ ਉਹ ਵੀ ਤੁਹਾਨੂੰ ਹੀ ਮਾਰੇਗਾ ਉਸੇ ਤਰ੍ਹਾਂ ਹੀ ਸ਼ਾਇਦ 100 ਗੁਣਾ ਦੁੱਖ ਦੇ ਕੇ ਇਹ ਮੈਂ ਨਹੀਂ ਕਹਿ ਰਿਹਾ ਇਹ ਗੁਰੂ ਨਾਨਕ ਦੇਵ ਜੀ ਦੇ ਲਫ਼ਜ਼ ਹਨ ਕਿ ਤੁਹਾਨੂੰ ਉਹ ਭੁਗਤਣਾ ਪਏਗਾ ਤੁਸੀਂ ਇਸ ਤੋਂ ਬਚ ਨਹੀਂ ਸਕਦੇ ਉਹ ਕਈ ਵਾਰੀ ਸੋਚੀਦਾ ਹੈ ਇੱਥੇ ਸਾਡੇ ਕਈ ਪੰਜਾਬੀਆਂ ਦੀਆਂ ਦੁਕਾਨਾਂ ਹੁੰਦੀਆਂ ਹਨ ਉੱਥੇ ਸਬਜ਼ੀ ਵੇਚਦੇ ਹਨ ਰਾਸ਼ਨ ਵੇਚਦੇ ਹਨ ਤੇ ਨਾਲ-ਨਾਲ ਉਹ ਮਾਸ ਵੀ ਵੇਚੀ ਜਾਂਦੇ ਹਨ ਔਰ ਪਿੱਛੇ ਉਹਨਾਂ ਨੇ ਪਾਟ ਲਾਇਆ ਹੁੰਦਾ ਹੈ ਕਦੀ ਰਹਿਰਾਸ ਦਾ ਕਦੇ ਜਬਜੀ ਸਾਹਿਬ ਦਾ ਉਫ ਜਦੋਂ ਸੁਣੀ ਦਾ ਮਨ ਬੜਾ ਔਖਾ ਹੁੰਦਾ ਕਿ ਇਹ ਬੰਦੇ ਕਿਸ ਤਰ੍ਹਾਂ ਦੇ ਬੰਦੇ ਹਨ ਜਿਸ ਤਰ੍ਹਾਂ ਗੁਰਮਾਨ ਚ ਲਿਖਿਆ ਹੈ ਵੇਦ ਪੜੇ ਮੁਖ ਮਿੱਠੀ ਬਾਣੀ ਜੀਆਂ ਕੋਤ ਨ ਸੰਗੇ ਪ੍ਰਾਣੀ ਉਹ ਮੂੰਹ ਤੋਂ ਮਿੱਠੀ ਬਾਣੀ ਬੋਲਦੇ ਹਨ ਗੁਰਬਾਣੀ ਪੜਦੇ ਹਨ ਗੁਰਬਾਣੀ ਸੁਣਦੇ ਹਨ ਜੀਆਂ ਕੋਤ ਨਾ ਸੰਗੇ ਪ੍ਰਾਣੀਆਂ ਸੰਗ ਨਹੀਂ ਹੁੰਦੀ ਉਹਨਾਂ ਨੂੰ ਕੁਝ ਧਿਆਨ ਹੀ ਨਹੀਂ ਆਉਂਦਾ ਕਿ ਅਸੀਂ ਕਿਸ ਸਤਗੁਰੂ ਦੀ ਕਿਸ ਗੁਰੂ ਦੀ ਅਸੀਂ ਗੁਰਬਾਣੀ ਪੜ੍ਹ ਰਹੇ ਹਾਂ ਜਿਹਦੇ ਵਿੱਚ ਉਹਨਾਂ ਨੇ ਇੱਕਦਮ ਇਸ ਚੀਜ਼ ਇਸ ਕੁਕਰਮ ਨੂੰ ਇਸ ਭੈੜੇ ਕਰਮ ਨੂੰ ਉਹਨਾਂ ਨੇ ਬਿਲਕੁਲ ਮਨਾ ਕੀਤਾ ਹੈ ਅਸੀਂ ਖੁੱਲੇ ਆਮ ਉਹ ਕਰਦੇ ਹਾਂ ਤਾਂ ਉਹ ਜਿਹੜੀ ਗੁਰਬਾਣੀ ਹੈ ਉਸ ਉਸ ਨੂੰ ਵੀ ਲਾ ਕੇ ਉਸ ਨੂੰ ਵੀ ਲਜਿਤ ਕਰਦੇ ਹਾਂ ਔਰ ਮੈਂ ਕਈ ਵਾਰ ਇਸ ਚੀਜ਼ ਤੇ ਵੀ ਹੈਰਾਨ ਹੁੰਨਾ ਹੁੰਨਾ ਕਿ ਸਾਡੇ ਕਈ ਵੀਰ ਇਸ ਚੀਜ਼ ਦਾ ਇਤਰਾਜ਼ ਕਰਦੇ ਹਨ ਜਦੋਂ ਕੋਈ ਵੀ ਗੁਰਬਾਣੀ ਦੀ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਤਰਿਆਂ ਦਾ ਕਿਸੇ ਨੇ ਨਿਕਦਰੀ ਕੀਤੀ ਹੈ ਜਾਂ ਸਮਥਿੰਗ ਇਦਾਂ ਦੀ ਕੋਈ ਵਾਸਤੇ ਅਸੀਂ ਦੁਖੀ ਹੁੰਨੇ ਹਾਂ ਔਰ ਹੋਣਾ ਵੀ ਚਾਹੀਦਾ ਹੈ ਕੋਈ ਸਾਡੀ ਪੂਜਨੀਕ ਚੀਜ਼ ਪਰ ਇਸ ਵਕਯੂ ਨਹੀਂ ਸਾਡਾ ਧਿਆਨ ਹੁੰਦਾ ਕਿਸੇ ਦਾ ਵੀ ਕਿ ਸਾਡੀ ਉਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹਦੇ ਵਿੱਚ ਬਿਲਕੁਲ ਇਸ ਚੀਜ਼ ਦੀ ਨਖੇਦੀ ਕੀਤੀ ਗਈ ਹੈ ਉਹ ਬੁੱਚੜਖਾਨਿਆਂ ਦੇ ਵਿੱਚ ਉਹ ਗੁਰਬਾਣੀ ਲੱਗਦੀ ਹੈ ਕਿਉਂ ਨਹੀਂ ਸਾਡੇ ਸਿੱਖਾਂ ਦੇ ਧਿਆਨ ਆਉਂਦਾ ਕਿ ਇਹ ਨੂੰ ਕਿਸੇ ਤਰ੍ਹਾਂ ਇਸ ਚੀਜ਼ ਨੂੰ ਮਨਾ ਕੀਤਾ ਜਾਏ ਕਿ ਚਲੋ ਜੋ ਤੁਸੀਂ ਇਹ ਕੁ ਕਰਮ ਕਰਨਾ ਹੈ ਕਸਾਈਆਂ ਵਾਲਾ ਕਰੋ ਪਰ ਲੇਕਿਨ ਗੁਰਬਾਣੀ ਤਾਂ ਨਾ ਉੱਥੇ ਲਾਇਆ ਕਰੋ ਇਦਾਂ ਦਾ ਭੈੜਾ ਕਰਮ ਜਿਹੜੇ ਕਰਦੇ ਹਨ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਉਹਨਾਂ ਨੂੰ ਇਸ ਬੁੱਧੀ ਦੇਣ ਕਿਉਂਕਿ ਇੰਨਾਂ ਦੇ ਭੈੜੇ ਕਰਮ ਦਾ ਕਿੱਡਾ ਭੈੜਾ ਉਹਨਾਂ ਨੂੰ ਫਲ ਮਿਲਣਾ ਹੈ ਮੈਂ ਉਸ ਬਾਰੇ ਨਹੀਂ ਕੁਝ ਕਹਿ ਸਕਦਾ ਫਿਰ ਇੱਕ ਮੇਰੇ ਦਿਮਾਗ 'ਚ ਹੋਰ ਗੱਲ ਆਈ ਹੈ ਫਿਰ ਅਸੀਂ ਇਹ ਸੋਚਦੇ ਹਾਂ ਕਿ ਜਿਹੜਾ ਕੋ ਕਰਮ ਹੈ ਇਹ ਸਿਰਫ ਸਾਡੇ ਕਿਸੇ ਦੇ ਉੱਪਰ ਕਿਸੇ ਨੂੰ ਮਾਰਨ ਕਰਕੇ ਜਾਂ ਕਿਸੇ ਨੂੰ ਸੱਟ ਲਾ ਕੇ ਜਾਂ ਇਹ ਗਊ ਕਾਤ ਕਰਕੇ ਜਾਂ ਕਿਸੇ ਵੀ ਜਾਨਵਰ ਨੂੰ ਮਾਰ ਕੇ ਪੈੜਾ ਕਰਮ ਹੁੰਦਾ ਹੈ ਸਾਡੀ ਜ਼ੁਬਾਨ ਦੇ ਨਾਲ ਅਸੀਂ ਪੈੜਾ ਕੰਮ ਕਰ ਦਿੰਨੇ ਹਾਂ ਜ਼ੁਬਾਨ ਦੇ ਨਾਲ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਫਿੱਕਾ ਬੋਲ ਵੀ ਗੂਚਣਾ ਸੁਣ ਮੂਰਖ ਮਨ ਅਜਾਨ ਫਿੱਕੇ ਜਿਹੜੇ ਸ਼ਬਦ ਅਸੀਂ ਬੋਲਦੇ ਹਾਂ ਕੋੜੇ ਲਫ਼ਜ਼ ਬੋਲਦੇ ਹਾਂ ਉਹ ਉੱਥੋਂ ਪਤਾ ਲੱਗਦਾ ਹੈ ਕਿ ਇਹ ਮੂਰਖ ਹਨ ਮੂਰਖਾਂ ਦੀ ਪਹਿਚaan ਹੁੰਦੀ ਹੈ ਸਤਿਗੁਰੂ ਜੀ ਫਿਰ ਫਰਮਾਉਂਦੇ ਹਨ ਕਿ ਫਿੱਕਾ ਦਰਗੇ ਸੁਟਿਏ ਮੂੰਹ ਥੁੱਕਾਫ ਕੇ ਪਾਏ ਫਿੱਕਾ ਮੂਰਖਾ ਖੀਏ ਪਾਣਾ ਲਹਿ ਸਜਾਏ ਉਹਨੂੰ ਸਜ਼ਾ ਮਿਲਦੀ ਹੈ ਕਿਉਂਕਿ ਫਿੱਕਾ ਬੋਲਣ ਦੇ ਨਾਲ ਅਸੀਂ ਕਈ ਵਾਰੀ ਕਿਸੇ ਦੇ ਕੋਈ ਛੱਟ ਪੇਟ ਲਾ ਦਿੰਨੇ ਹਾਂ ਉਹਦੇ ਉਹ ਜਿਹੜੀ ਛੱਟ ਹੈ ਉਹ ਉਹਦਾ ਨਿਸ਼ਾਨ ਮਿਟ ਜਾਂਦਾ ਹੈ ਸਮਾ ਪਾ ਕੇ ਪਰ ਲੇਕਿਨ ਜਿਹੜੇ ਅਸੀਂ ਲਵਜ਼ ਫਿੱਕੇ ਬੋਲ ਦਿੰਨੇ ਹਾਂ ਕੋੜੇ ਲਵਜ਼ ਬੋਲ ਦਿੰਨੇ ਹਾਂ ਉਹ ਜਿਹੜਾ ਐਡਾ ਭੈੜਾ ਕੁਕਰਮ ਹੈ ਫਿੱਕਾ ਬੋਲਣ ਦੇ ਨਾਲ ਉਸ ਆਦਮੀ ਦੇ ਉੱਪਰ ਇੰਨੀ ਉਹ ਚੀਜ਼ ਦੀ ਛੱਟ ਲੱਗਦੀ ਹੈ ਉਹ ਜ਼ਿੰਦਗੀ ਪਰ ਉਹ ਜਿਹੜੇ ਭੈੜੇ ਲਵਜ਼ ਹਨ ਉਸਦੇ ਦਿਮਾਗ ਦੇ ਵਿੱਚ ਚੱਲਦੇ ਰਹਿੰਦੇ ਹਨ ਉਹ ਬਾਰ-ਬਾਰ ਇੱਕ ਵਾਰ ਨਹੀਂ ਬਾਰ-ਬਾਰ ਬਾਰ-ਬਾਰ ਦੁਖੀ ਹੁੰਦਾ ਹੈ ਉਹ ਯਾਨੀ ਕਿ ਜ਼ਿੰਦਗੀ ਪਰ ਉਹਦੇ ਮਨ ਦੇ ਵਿੱਚ ਉਹ ਚੀਜ਼ ਜਿਹੜੀ ਹੈ ਉਹ ਦੁੱਖ ਦੀ ਫਿਰਦੀ ਰਹਿੰਦੀ ਹੈ ਔਰ ਉਸ ਨੂੰ ਦੁਖੀ ਕਰਦੀ ਰਹਿੰਦੀ ਹੈ ਹਾਂ ਬ੍ਰਹਮ ਗਿਆਨੀ ਹੋਵੇ ਜਾਂ ਸਾਧ ਬੰਦਾ ਹੋਵੇ ਉਹਨੂੰ ਨਹੀਂ ਇਦਾਂ ਦੇ ਚੀਜ਼ਾਂ ਦਾ ਫਰਕ ਪੈਂਦਾ ਪਰ ਜਿਹੜੇ ਆਮ ਦੁਨਿਆਵੀ ਲੋਕ ਹਨ ਉਹਨਾਂ ਦੇ ਉੱਪਰ ਇਹਨਾਂ ਤੇ ਅਸਰ ਪੈਂਦਾ ਹੈ ਤਾਂ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਸਾਨੂੰ ਜਦੋਂ ਵੀ ਕੋਈ ਵੀ ਲਫ਼ਜ਼ ਕਿਸੇ ਵਾਸਤੇ ਵਰਤਣਾ ਚਾਹੀਦਾ ਹੈ ਉਦੋਂ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ ਕਿ ਜਿਤ ਬੋਲਿਆ ਪਤ ਪਾਈਏ ਸੋ ਬੋਲਿਆ ਪਰਵਾਨ ਉਹ ਬੋਲੀਏ ਚੀਜ਼ ਜਿਹਦੇ ਨਾਲ ਸਾਡੀ ਪਤ ਰਹ ਜਵੇ ਜਿਹਦੇ ਕਰਕੇ ਹਰ ਇੱਕ ਆਦਮੀ ਦੇ ਨਾਲ ਸਾਡਾ ਪਿਆਰ ਬਣਿਆ ਰਹੇ ਸੋ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਹਨ ਇਹ ਜਿਹੜੀ ਗੁਰਮਤ ਹੈ ਇਹ ਸਾਨੂੰ ਜੋ ਮਿਲਦੀ ਹੈ ਇਸ ਤਰ੍ਹਾਂ ਦੀ ਇਹ ਸਾਨੂੰ ਆਪਣੇ ਸਤਿਗੁਰੂ ਕੋਲੋਂ ਮਿਲਦੀ ਹੈ ਕਿਉਂਕਿ ਸਤਿਗੁਰੂ ਤਾਂ ਹੈ ਸਾਨੂੰ ਇਹ ਚੀਜ਼ ਬਾਰੇ ਜੋ ਦੱਸਦਾ ਹੈ ਕਿ ਮਿੱਠ ਬੋਲੜਾ ਸਾਜਨ ਸੁਆਮੀ ਜੀ ਮੋਰਾ ਜਿਹੜਾ ਸਾਡਾ ਸਾਜਣ ਹੈ ਸਾਡਾ ਸਤਿਗੁਰ ਹੈ ਉਹ ਮਿੱਠਾ ਬੋਲਦਾ ਹੈ ਉਹ ਕੋੜਾ ਨਹੀਂ ਬੋਲਦਾ ਉਹ ਸਾਨੂੰ ਇਹ ਮਤ ਦਿੰਦਾ ਹੈ ਸੋ ਕੋੜਾ ਨਹੀਂ ਬੋਲਣਾ ਚਾਹੀਦਾ ਪਰ ਜੇ ਅਸੀਂ ਇਹ ਥੋੜਾ ਜਿਹਾ ਹੋਰ ਸੋਚੀਏ ਇਸ ਦੇ ਉੱਪਰ ਕਿ ਜਿਹੜਾ ਗੁਰੂ ਹੈ ਫਿਰ ਗੁਰੂ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਗੁਰਬਾਣੀ ਦੇ ਵਿੱਚ ਹੀ ਇੱਕ ਕੁਝ ਪੰਕਤੀਆਂ ਹੁੰਦੀਆਂ ਹਨ ਕਿ ਅਸੀਂ ਜਿਹੜੇ ਕਰਮ ਵੀ ਕਰਦੇ ਹਾਂ ਜੇ ਅਸੀਂ ਬਾਈ ਚਾਂਸ ਕਿਸੇ ਗਲਤ ਬੰਦੇ ਦੇ ਪਿੱਛੇ ਲੱਗ ਜਾਈਏ ਜਿਹੜਾ ਆਪ ਵੀ ਗਲਤ ਕੰਮ ਕਰਦਾ ਹੈ ਉਹ ਸਾਡੇ ਪਾਸੋਂ ਵੀ ਗਲਤ ਕੰਮ ਕਰਾਏਗਾ ਇਸ ਦਾ ਵੀ ਸਾਨੂੰ ਵਿਚਾਰ ਕਰਨਾ ਚਾਹੀਦਾ ਕੋ ਬਾਣੀ ਦੇ ਵਿੱਚ ਲਿਖਿਆ ਹੈ ਕਿ ਗੁਰੂ ਜਿਨ੍ਹਾਂ ਕਾ ਅੰਦਲਾ ਸਿੱਖ ਵੀ ਅੰਦੇ ਕਰਮ ਕਰੇਨ ਕਰਮ ਇਹ ਜੋ ਆਗੇ ਦੇਖ ਲਓ ਕਿ ਜਿਨ੍ਹਾਂ ਦਾ ਗੁਰੂ ਅੰਦਾ ਹੈ ਜਿਨ੍ਹਾਂ ਦਾ ਗੁਰੂ ਆਪ ਹੀ ਅੰਦਾ ਹੈ ਔਰ ਉਹ ਇਸ ਭੈੜੇ ਕਰਮਾ ਚ ਪਿਆ ਹੈ ਉਸ ਦੇ ਜਿਹੜੇ ਸਿੱਖ ਹਨ ਉਹ ਵੀ ਭੈੜੇ ਜਾਨੀ ਕਿ ਅੰਦੇ ਕਰਮ ਜਾਨੀ ਕਿ ਉਹ ਭੈੜੇ ਕਰਮ ਹੀ ਕਰਨਗੇ ਇਹ ਬਾਣੀ ਦਾ ਸਿਧਾਂਤ ਹੈ ਮੇਰਾ ਨਹੀਂ ਹੈ ਉਹ ਪਾਣੇ ਚਲਣਨ ਆਪਣੇ ਨਿਤ ਝੂਠੇ ਝੂਠ ਬੋਲੇਨ ਜਾਣੀ ਕਿ ਉਹ ਜਿਹੜੇ ਹਨ ਹਰ ਵੇਲੇ ਉਹ ਸਿਰਫ ਝੂਠ ਬੋਲਣ ਦੇ ਵਿੱਚ ਹੀ ਲੱਗੇ ਰਹਿੰਦੇ ਹਨ ਉਹਨਾਂ ਨੂੰ ਕੋਈ ਪਰਵਾਹ ਨਹੀਂ ਅੱਛੇ ਕੰਮਾਂ ਵਾਰੇ ਉਹ ਸਿਰਫ ਝੂਠ ਹੀ ਬੋਲ ਸਕਦੇ ਹਨ ਕਿ ਕੂੜ ਕੁਸਤ ਕਮਾਉਂਦੇ ਪਰ ਨਿੰਦਾ ਸਦਾ ਕਰਨ ਉਹ ਝੂਠਾ ਇੰਨਾ ਬੋਲਦੇ ਹਨ ਔਰ ਦੂਜੀ ਗੱਲ ਕੀ ਹੈ ਉਹ ਸਿਰਫ ਸਿਰਫ ਉਹ ਨਿੰਦਾ ਕਰਦੇ ਹਨ ਆਪਣੇ ਮਨਮਤ ਤੇ ਚੱਲਦੇ ਹਨ ਕਿਉਂਕਿ ਇਦਾਂ ਦਾ ਕੰਮ ਉਹੀ ਕਰ ਸਕਦਾ ਨਾ ਹੈ ਕਿ ਜਿਹਨੂੰ ਕੋਈ ਗੁਰੂ ਦੀ ਸਿੱਖਿਆ ਨਾ ਹੋਵੇ ਉਹ ਗਲਤ ਕੰਮ ਤੇ ਜਾਏਗਾ ਉਹ ਗਲਤ ਕਰਮ ਕਰੇਗਾ ਉਹ ਆਪਣੀ ਮਨਮਤ ਕਰੇਗਾ ਗੁਰਮਤ ਦੇ ਵਿੱਚ ਜਿਹੜਾ ਬੰਦਾ ਜਾਂਦਾ ਹੈ ਉਹ ਨਹੀਂ ਕਰਦਾ ਪਰ ਜੇ ਉਹਨਾਂ ਦਾ ਕੋਈ ਆਗੂ ਖੁਦ ਹੀ ਮਨਮਤ ਤੇ ਚੱਲਦਾ ਹੋਵੇ ਉਹਦੇ ਜਿਹੜੇ ਸਾਥੀ ਹਨ ਉਹ ਵੀ ਉਧਰ ਨੂੰ ਚੱਲਣਗੇ ਫਿਰ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਉਹ ਆਪ ਡੁੱਬੇ ਉਹ ਆਪ ਡੁੱਬੇ ਪਰ ਨਿੰਦਕਾਂ ਸਗਲੇ ਕੁੱਲ ਡੋਬਨ ਡੁਬੇਨ ਯਾਨੀ ਕਿ ਉਹ ਆਪ ਡੁੱਬੇ ਪਰ ਨਿੰਦਕਾਂ ਸਗਲੇ ਕੁੱਲ ਡੋਬੇਨ ਯਾਨੀ ਕਿ ਉਹ ਆਪ ਦਾ ਡੁੱਬਿਆ ਹੀ ਹੁੰਦਾ ਹੈ ਤੋਹਫੇ ਇਦਾਂ ਦੇ ਕੰਮ ਕਰਾ ਕਰਾ ਕੇ ਤੋਹਫੇ ਕੁੱਲ ਯਾਨੀ ਕਿ ਜਿੰਨੇ ਵੀ ਉਹ ਸਾਥੀ ਉਹਨਾਂ ਦੇ ਹੁੰਦੇ ਹਨ ਉਹ ਸਾਰਿਆਂ ਨੂੰ ਉਹਦੇ ਵਿੱਚ ਡੋਬ ਲੈਂਦਾ ਹੈ ਸਤਗੁਰੂ ਜੀ ਫੇਰ ਫਰਮਾਉਂਦੇ ਹਨ ਕਿ ਨਾਨਕ ਜਿਤ ਓਏ ਲਾਏ ਤਿਤ ਲਗੇ ਓਏ ਬਪੜੇ ਕਿਆ ਕਰਨ ਸੱਚੇ ਪਾਤਸ਼ਾਹ ਜੀ ਇੱਥੇ ਬੜਾ ਵਧੀਆ ਇੱਕ ਵਚਨ ਕਰਦੇ ਹਨ ਕਿ ਉਹ ਵੀ ਵਿਚਾਰੇ ਕੀ ਕਰਨ ਜਿਹੜੇ ਇਦਾਂ ਦੇ ਗੁਰੂ ਹਨ ਜਾਂ ਇਦਾਂ ਦੇ ਚੇਲੇ ਹਨ ਕਿ ਅਕਾਲ ਪੁਰਖ ਨੇ ਉਹਨਾਂ ਦੇ ਵਿੱਚ ਪਾਈ ਇਹ ਦਿੱਤਾ ਜੋ ਪਾਵੇ ਭਾਂਡੇ ਵਿੱਚ ਵਸਤ ਸਾਂ ਨਿਕਲੇ। ਕਿਆ ਕੋਈ ਕਰੇ ਵਿਚਾਰਾ? ਨਾਨਕ ਜਿੱਦਾਂ ਸੱਚੇ ਪਾਤਸ਼ਾਹ ਕਹਿੰਦੇ ਹਨ ਨਾਨਕ ਜਿਤ ਉਹ ਲਾਈ ਤਿਤ ਲੱਗੇ ਉਹ ਬਪੜੇ ਕਿਆ ਕਰਨ? ਉਹ ਕੀ ਕਰ ਸਕਦੇ ਹਨ ਜੇ ਅਕਾਲ ਪੁਰਖ ਨੇ ਉਹਨਾਂ ਦੇ ਵਿੱਚ ਵਸਤੂ ਹੀ ਇਦਾਂ ਦੀ ਪਾ ਲਈ ਹੈ। ਤਾਂ ਕਰਕੇ ਸਾਨੂੰ ਫਿਰ ਵੀ ਸਾਨੂੰ ਸੱਚੇ ਪਾਤਸ਼ਾਹ ਜੀ ਨੇ ਵਿਚਾਰ ਕਰਨ ਦੀ ਇੱਕ ਜਾਂ ਸੋਚਣ ਦੀ ਇੱਕ ਸ਼ਕਤੀ ਦਿੱਤੀ ਹੈ ਅੱਛਾ ਬੁਰਾ ਕਿ ਅਸੀਂ ਆ ਅੱਛਾ ਕਰਮ ਕਰਨਾ ਹੈ ਬੁਰਾ ਕਰਮ ਕਰਨਾ ਹੈ ਔਰ ਕਿ ਦੇ ਪਿੱਛੇ ਲੱਗ ਕੇ ਅਸੀਂ ਕੀ ਕਰਦੇ ਹਾਂ ਇਹ ਸੋਚਣ ਦੀ ਸਾਨੂੰ ਸ਼ਕਤੀ ਦਿੱਤੀ ਹੈ ਫਿਰ ਸਵਾਲ ਹੀ ਉੱਠਦਾ ਹੈ ਕਿ ਅਸੀਂ ਗੁਰੂ ਨੂੰ ਕਿੱਦਾਂ ਪਹਿਚਾਨੀਏ ਕਿ ਸੱਚਾ ਹੈ ਜਾਂ ਝੂਠਾ ਹੈ ਜੇ ਅੰਦਾ ਹੈ ਜਾਂ ਸੁਜਾਖਾ ਹੈ ਕਿੱਦਾਂ ਪਤਾ ਲੱਗੇ ਇੱਕ ਵਾਰ ਮੈਂ ਇਹ ਸਵਾਲ ਆਪਣੇ ਪਿਤਾ ਜੀ ਸੰਦੇਾਲ ਸਿੰਘ ਜੀ ਪਾਸੋਂ ਪੁੱਛਿਆ ਉਹਨਾਂ ਦੇ ਦੇਹ ਤਿਆਗਣ ਤੋਂ ਕੁਛ ਹੀ ਸਮਾਂ ਪਹਿਲੇ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਪਿਤਾ ਜੀ ਇੱਕ ਗੱਲ ਦੱਸੋ ਕਿ ਇਸ ਚੀਜ਼ ਦਾ ਕਿੱਦਾਂ ਪਤਾ ਲੱਗੇ ਕਿ ਕਿਹੜਾ ਸੱਚਾ ਗੁਰੂ ਹੈ ਤੇ ਕਿਹੜਾ ਝੂਠਾ ਗੁਰੂ ਹੈ ਕਿਹਦੇ ਪਿੱਛੇ ਲੱਗੀਏ ਤੇ ਕਿਹਦੇ ਪਿੱਛੇ ਨਾ ਲੱਗੀਏ ਤੇ ਇਸ ਚੀਜ਼ ਦਾ ਤਾਂ ਰੋਲਾ ਪਿਆ ਰਹਿੰਦਾ ਹੈ ਤਾਂ ਉਹਨਾਂ ਨੇ ਮੈਨੂੰ ਇਸ ਚੀਜ਼ ਦਾ ਜਵਾਬ ਦਿੱਤਾ ਕਹਿਣ ਲੱਗੇ ਕਿ ਤੈਨੂੰ ਸਤਗੁਰੂ ਰਾਮ ਸਿੰਘ ਜੀ ਦੀ ਉਹ ਸਾਖੀ ਯਾਦ ਹੈ ਮੈਂ ਕਹ ਜੀ ਕਿਹੜੀ ਕਹਿੰਦੇ ਜਿਹਦੇ ਵਿੱਚ ਉਹਨਾਂ ਨੇ ਇਹ ਬਚਨ ਕੀਤਾ ਸੀ ਕਿ ਕਲਯੁਗ ਮੇਰਾ ਰੂਪ ਧਾਰੇਗਾ ਤੇ ਮੈਂ ਕਿ ਫਿਰ ਸਿੱਖਾਂ ਨੇ ਅਰਜੀ ਕੀਤੀ ਸੀ ਕਿ ਸਾਨੂੰ ਕਿਦਾਂ ਪਤਾ ਲੱਗੇਗਾ ਕਿ ਇਹ ਜਿਹੜਾ ਰੂਪ ਧਾਰ ਰਿਹਾ ਹੈ ਕਲਯੁਗ ਨੇ ਧਾਰ ਰਿਹਾ ਹੈ ਜਾਂ ਤੁਸੀਂ ਆਪ ਹੈ ਤਾਂ ਸਤਗੁਰੂ ਜੀ ਨੇ ਉੱਥੇ ਇਹ ਬਚਨ ਕੀਤਾ ਸੀ ਕਿ ਉਸ ਦੇ ਕਰਮ ਉਸ ਦੀ ਮਰਿਆਦਾ ਉਹ ਠੀਕ ਨਹੀਂ ਹੋਵੇਗੀ ਉਹ ਮੇਰੇ ਵਰਗੀ ਨਹੀਂ ਹੋਏਗੀ ਤਾਂ ਕਰਕੇ ਉੱਥੋਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹ ਜਿਹੜਾ ਜੋ ਵੀ ਹੈ ਇਹ ਮੇਰਾ ਮੈਂ ਨਹੀਂ ਹਾਂ ਕਿਉਂਕਿ ਜਿਹੜਾ ਮਰਿਆਦਾ ਰੱਖਦਾ ਹੈ ਜਿਹੜਾ ਸਹੀ ਰਸਤੇ ਤੇ ਚੱਲਦਾ ਹੈ ਉਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਕੌਣ ਹੈ ਜਿਸ ਤਰ੍ਹਾਂ ਸ੍ਰੀ ਸਤਗੁਰੂ ਰਾਮ ਸਿੰਘ ਜੀ ਨੇ ਜੋ ਮਰਿਆਦਾ ਆਰੰਭ ਕੀਤੀ ਸਤਗੁਰੂ ਪ੍ਰਤਾਪ ਸਿੰਘ ਜੀ ਨੇ ਉਹ ਮਰਿਆਦਾ ਜਾਨੀ ਕਿ ਚੋਟੀ ਤੇ ਪਹੁੰਚਾ ਦਿੱਤੀ ਚਮਕਾ ਦਿੱਤੀ ਸ੍ਰੀ ਸਤਗੁਰੂ ਜਗਜੀਤ ਸਿੰਘ ਜੀ ਨੇ ਉਹੀ ਮਰਿਆਦਾ ਸੰਭੀ ਰੱਖੀ ਹੋਣ ਸਤਗੁਰੂ ਗੁਰਦੇਵ ਸਿੰਘ ਜੀ ਉਸ ਨੂੰ ਸਾਹਮ ਰਏ ਹਨ ਇਥੋਂ ਸਾਫ ਇਹ ਪਤਾ ਲੱਗਦਾ ਹੈ ਕਿ ਜਿੱਥੇ ਮਰਿਆਦਾ ਹੈ ਉੱਥੇ ਹੀ ਸੱਚਾ ਸਤਗੁਰੂ ਕਿਉਂਕਿ ਜਿਹੜੀ ਮਰਿਆਦਾ ਹੈ ਮਰਿਆਦਾ ਦੇ ਵਿੱਚ ਹੀ ਜਿਹੜਾ ਆਦਮੀ ਰਹੇਗਾ ਉਹੀ ਅੱਛੇ ਕਰਮ ਕਰੇਗਾ ਨਾ ਜਿਹੜਾ ਮਰਿਆਦਾ ਤੋਂ ਬਾਹਰ ਨਿਕਲ ਗਿਆ ਉਹ ਉਸਨੇ ਤਾਂ ਸਾਰਾ ਕੁਝ ਛੱਡ ਦਿੱਤਾ ਜਿੱਥੇ ਪੁਰਾਣੀਆਂ ਰਵਾਇਤਾਂ ਤਾਂ ਮਰਿਆਦਾ ਤੋੜੀਆਂ ਜਾਂਦੀਆਂ ਹਨ ਤੁਹਾਨੂੰ ਆਪੇ ਹੀ ਪਤਾ ਹੈ ਕਿ ਉਥੇ ਜਾਣਾ ਚਾਹੀਦਾ ਹੈ ਜਾਂ ਨਹੀਂ ਜਾਣਾ ਚਾਹੀਦਾ ਇਸ ਦਾ ਫੈਸਲਾ ਤੁਸੀਂ ਆਪ ਕਰਨਾ ਹੈ ਕਿਉਂਕਿ ਇੱਕ ਚੀਜ਼ ਹੋਰ ਉਹਨਾਂ ਨੇ ਮੈਨੂੰ ਦੱਸੀ ਇੱਕ ਹੋਰ ਪਹਿਚਾਨ ਦੱਸੀ ਉਹਨਾਂ ਨੇ ਮੈਨੂੰ ਕਿ ਜਿਹੜਾ ਸਤਗੁਰ ਹੁੰਦਾ ਹੈ ਉਹ ਹੁੰਦਾ ਹੈ ਮਰਿਆਦਾ ਪਰਸ਼ੋਤਮ ਮਰਿਆਦਾ ਪਰਸ਼ੋਤਮ ਦਾ ਮਤਲਬ ਇਹ ਹੁੰਦਾ ਹੈ ਕਿ ਜਿਹੜਾ ਮਰਿਆਦਾ ਨੂੰ ਆ ਕੇ ਬੰਦਦਾ ਹੈ ਜਿਹੜਾ ਮਰਿਆਦਾ ਨੂੰ ਤੋੜਦਾ ਨਹੀਂ ਹੈ ਜਿਹੜਾ ਆ ਕੇ ਮਰਿਆਦਾ ਨੂੰ ਤੋੜਦਾ ਹੈ ਉਹ ਸਤਗੁਰ ਨਹੀਂ ਹੋ ਸਕਦਾ ਸਤਗੁਰ ਹਮੇਸ਼ਾ ਹੀ ਮਰਿਆਦਾ ਨੂੰ ਆ ਕੇ ਬੰਦਦਾ ਹੈ ਤਾਂ ਹੀ ਤਾਂ ਉਸ ਦਾ ਨਾਮ ਮਰਿਆਦਾ ਪਰਸ਼ੋਤਮ ਰੱਖਿਆ ਗਿਆ ਹੈ ਤਾਂ ਕਰਕੇ ਸਾਨੂੰ ਇਹ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਉਹਦੇ ਪਿੱਛੇ ਚਲੀਏ ਮੇਰਾ ਅਰਥ ਕਹਿਣ ਦਾ ਮਤਲਬ ਇਹ ਹੈ ਕਿ ਉਸ ਸਤਿਗੁਰੂ ਦੇ ਪਿੱਛੇ ਲੱਗिए ਜਿਹੜਾ ਸਾਨੂੰ ਸਹੀ ਮਰਿਆਦਾ ਦੱਸਦਾ ਹੈ ਜਿਹੜਾ ਸਾਨੂੰ ਸਹੀ ਰਸਤਾ ਦੱਸਦਾ ਹੈ ਕਿਉਂਕਿ ਜਦੋਂ ਅਸੀਂ ਸਹੀ ਮਰਿਆਦਾ ਦੇ ਵਿੱਚ ਆ ਗਏ ਸਾਡਾ ਆਪਣੇ ਆਪ ਸਾਡੇ ਜਿਹੜੇ ਕਰਮ ਹਨ ਉਹ ਸਾਡੇ ਠੀਕ ਹੋਣ ਲਾਪਣੇ ਅਸੀਂ ਜਿਹੜੇ ਕੁਕਰਮ ਕਰਦੇ ਹਾਂ ਅਸੀਂ ਉਹਨਾਂ ਤੋਂ ਬਚ ਸਕਦੇ ਹਾਂ ਫਿਰ ਇੱਕ ਚੀਜ਼ ਹੋਰ ਵੀ ਹੈ ਮੈਂ ਪਹਿਲਾਂ ਜਿੱਦਾਂ ਆਪਜੀ ਦੇ ਸਾਹਮਣੇ ਇੱਕ ਅਰਜ਼ ਕੀਤੀ ਸੀ ਕਿ ਸਾਡੇ ਜਿਹੜੇ ਲਫ਼ਜ਼ ਹਨ ਜਦੋਂ ਅਸੀਂ ਕਿਸੇ ਦੇ ਮੋਹਰੇ ਬੋਲਦੇ ਹਾਂ ਉਹਨਾਂ ਦਾ ਅਸਰ ਬੜਾ ਖਤਰਨਾਕ ਹੁੰਦਾ ਹੈ ਕਿਉਂਕਿ ਅਸੀਂ ਬੋਲ ਕੇ ਵੀ ਕੁਕਰਮ ਕਰ ਸਕਦੇ ਹਾਂ ਕਿ ਜਿਹੜੀ ਚੀਜ਼ ਸਾਨੂੰ ਨਹੀਂ ਕਹਿਣੀ ਚਾਹੀਦੀ ਜਦੋਂ ਅਸੀਂ ਉਹ ਕਹਿ ਦਿੰਨੇ ਹਾਂ ਉਹਦਾ ਫਿਰ ਸਾਨੂੰ ਫਲ ਮਿਲਦਾ ਹੈ ਸਿੱਧੀ ਗੱਲ ਹੈ ਜਿੱਦਾਂ ਜੇ ਅਸੀਂ ਕਿਸੇ ਨੂੰ ਪਿਆਰ ਨਾ ਬੋਲੀਏ ਉਹ ਸਾਨੂੰ ਕਹੇਗਾ ਸਾਡੇ ਨਾਲ ਪਿਆਰ ਕਰੇਗਾ ਜਦੋਂ ਅਸੀਂ ਕਿਸੇ ਨਾਲ ਗਲਤ ਬੋਲਾਂਗੇ ਲੜਾਈ ਵੀ ਹੋ ਜਾਏਗੀ ਉਸੇ ਵੇਲੇ ਉਸ ਦਾ ਫਾਲ ਵੀ ਮਿਲ ਜਾਏਗਾ ਸਾਫ਼ ਉਥੋਂ ਇਹ ਪਤਾ ਲੱਗਦਾ ਹੈ ਕਿ ਸਾਡੀ ਜ਼ੁਬਾਨ ਦਾ ਬੜਾ ਅਸਰ ਹੁੰਦਾ ਹੈ ਕਿ ਅਸੀਂ ਕੀ ਕਹਿਣਾ ਹੈ ਜਿਸ ਤਰ੍ਹਾਂ ਆਪ ਜੀ ਨੇ ਸਾਖੀ ਪਹਿਲਾਂ ਵੀ ਕਿਤੇ ਸੁਣੀ ਹੋਏਗੀ ਕਿ ਵਿਸ਼ਨੂੰ ਦੇ ਜੋ ਵਿਸ਼ਨੂੰ ਭਗਵਾਨ ਦੇ ਜਿਹੜੇ ਦਰਵਾਜ਼ੇ ਪਾਲ ਸਨ ਜਾਤ ਵਿਜੈ ਉਹ ਵੀ ਉਹਨਾਂ ਨੇ ਵੀ ਜਾਣੇ ਕਿ ਜਿਹੜੇ ਲਬਜ਼ ਸਨ ਉਹ ਗਲਤ ਵਰਤੇ ਸਨ ਜਦੋਂ ਬ੍ਰਹਮਾ ਜੀ ਦੇ ਪੁੱਤਰ ਉਥੇ ਦਰਸ਼ਨ ਕਰਨ ਵਾਸਤੇ ਆਏ ਸਨ ਤਾਂ ਉਹ ਫੇ ਕੀ ਹੋਇਆ ਸੀਗਾ ਉਥੇ ਫਿਰ ਉਹ ਜਦੋਂ ਇਸ ਤਰੀਕੇ ਦੇ ਨਾਲ ਉਹਨਾਂ ਨੇ ਜਦੋਂ ਗਲਤ ਲਬਜ਼ ਵਰਤੇ ਤਾਂ ਉਹਨਾਂ ਨੇ ਫਿਰ ਉਥੇ ਸਰਾਪ ਲੈ ਲਿਆ ਜਿਹਦੇ ਕਰਕੇ ਉਹਨਾਂ ਨੂੰ ਰਾਖਸ਼ਾਂ ਦੇ ਜਨਮ ਲੈਣੇ ਪਏ ਯਾਨੀ ਕਿ ਪਹਿਲਾ ਜਨਮ ਹਿਰਣਕਸ਼ਪ ਤੇ ਹਰਨਾਕਸ਼ ਦੂਸਰਾ ਜਨਮ 라ਵਣ ਤੇ ਕੁੰਭਕਰਨ ਫੇ ਕੰਸ ਤੇ ਕੇਸੀ ਯਾਦ ਉਹਨਾਂ ਨੇ ਲੈਣੇ ਪਏ ਜਨਮ ਸਿਰਫ ਉਹਨਾਂ ਦੇ ਬੋਲਣ ਕਰਕੇ ਉਹਨਾਂ ਨੂੰ ਉਸ ਚੀਜ਼ ਦਾ ਫਲ ਮਿਲਿਆ ਸੋ ਜੇ ਅਸੀਂ ਜ਼ਹਿਰ ਬੀਜਦੇ ਹਾਂ ਤਾਂ ਸਾਨੂੰ ਜ਼ਹਿਰ ਬਣਨੀ ਪੈਣੀ ਹੈ ਜਿੱਦਾਂ ਗੁਰਬਾਣੀ ਦਾ ਇਹ ਆਧਾਰ ਹੈ ਇੱਚ ਅਸੀਂ ਕੁਝ ਵੀ ਨਹੀਂ ਕਹਿ ਸਕ ਹਾਂ ਇੱਕ ਚੀਜ਼ ਹੈ ਕਿ ਅਸੀਂ ਜੇ ਸਤਗੁਰ ਦੇ ਲੜ ਲੱਗਾਂਗੇ ਸਤਗੁਰ ਦੇ ਚਰਨੀ ਪਾਵਾਂਗੇ ਉਹ ਸਾਨੂੰ ਇਹਨਾਂ ਕਰਮਾਂ ਦੇ ਜਿਹੜੇ ਚੱਕਰ ਹਨ ਜਿਦਾਂ ਮੈਂ ਪਹਿਲਾਂ ਆਖਿਆ ਸੀ ਕਿ ਸਤਗੁਰ ਜਿਹੜਾ ਹੈ ਜਦੋਂ ਉਹਦੇ ਅਸੀਂ ਚਰਨੀ ਲੱਗਾਂਗੇ ਉਸਦੇ ਪਿੱਛੇ ਲੱਗਾਂਗੇ ਉਹ ਸਾਨੂੰ ਇਹ ਜਿਹੜੇ ਕਰਮਾਂ ਦੇ ਚੱਕਰ ਹਨ ਕਰਮकांड ਹਨ ਇਸ ਦੇ ਵਿੱਚੋਂ ਕੱਢ ਕੇ ਉਹ ਸਾਨੂੰ ਸਹੀ ਰਸਤੇ ਲਾ ਦਿੰਦਾ ਹੈ ਕਿਉਂਕਿ ਬਾਣੀ ਇਹ ਕਹਿੰਦੀ ਹੈ ਕਿ ਔਖਦ ਮੰਤਰ ਮੂਲ ਮਨ ਈਕੇ ਜੇਕਰ ਦਿੜ ਕੀ ਜੈਰੇ ਜਿਹੜਾ ਜਨਮਾਂ ਤੇ ਜਨਮਾਂ ਦੇ పాਪ ਕਰਮ ਹੁੰਦੇ ਹਨ ਉਹ ਕਾਟਨਹਾਰਾ ਜਿਹੜਾ ਹੈ ਨਾ ਉਹ ਜਿਹੜਾ ਹੈ ਉਹ ਸਿਰਫ ਨਾਮ ਹੈ ਪ੍ਰਭੂ ਦਾ ਕਹਿੰਦੇ ਔਖਦ ਮੰਤਰ ਮੂਲ ਮਨ ਇਕੈ ਜੇਕਰ ਦਿੜ ਕੀ ਜਾਇ ਰੇ ਜਨਮ ਜਨਮ ਕੇ ਪਾਪ ਕਰਮ ਕੇ ਕਾਟਨਹਾਰਾ ਲੀਜੇ ਰੇ ਦੇਖੋ ਕਿੰਨਾ ਸਹੀ ਰਸਤਾ ਉਹ ਸੌਖਾ ਰਸਤਾ ਸਾਨੂੰ ਸਾਧੂ ਜੀ ਨੇ ਦੱਸ ਦਿੱਤਾ ਕਿ ਉਸ ਅਕਾਲ ਪੁਰਖ ਦਾ ਮੰਤਰ ਉਸ ਦੇ ਉੱਪਰ ਆਪਣਾ ਮਨ ਲਾਈਏ ਉਸ ਨੂੰ ਦਿੜੜ ਕਰਕੇ ਉਸ ਦੇ ਉੱਪਰ ਉਸ ਦਾ ਉਤਾਈਏ ਤੇ ਫਿਰ ਸਾਡੇ ਜਿਹੜੇ ਜਨਮਾਂ ਜਨਮਾਂ ਦੇ ਜਿਹੜੇ ਪਾਪ ਹਨ ਜਿਹੜੇ ਕਰਮ ਹਨ ਉਹ ਕੱਟ ਜਾਂਦੇ ਆ ਤੇ ਫਿਰ ਇਹ ਜਿਹੜਾ ਨਾਮ ਹੈ ਇਹ ਆਪਾਂ ਨੂੰ ਮਿਲਦਾ ਕਿੱਥੇ ਹੈ ਇਸ ਦਾ ਜਵਾਬ ਵੀ ਸਾਨੂੰ ਗੁਰਬਾਣੀ ਵਿੱਚੋਂ ਹੀ ਮਿਲ ਜਾਂਦਾ ਹੈ ਸਤਗੁਰ ਦਾਤਾ ਹਰ ਨਾਮ ਕਾ ਪ੍ਰਭ ਆਪ ਮਿਲਾਵੇ ਸੋਏ ਜਿਹੜਾ ਸਤਗੁਰ ਹੈ ਉਹ ਦਾਤਾ ਹੈ ਉਹ ਸਾਨੂੰ ਇਸ ਪ੍ਰਭੂ ਦੇ ਨਾਮ ਦੇ ਨਾਲ ਮਨਾਉਂਦਾ ਹੈ ਸਾਨੂੰ ਇਹ ਪ੍ਰਭੂ ਦਾ ਨਾਮ ਦਿੰਦਾ ਔਰ ਇਸ ਨਾਮ ਕਰਨ ਕਰਕੇ ਇਸ ਨਾਮ ਜਪਣ ਕਰਕੇ ਸਾਡੇ ਜਿਹੜੇ ਕਰਮ ਹਨ ਉਹ ਨਸ਼ਟ ਹੋ ਜਾਂਦੇ ਹਨ ਜੋ ਅਸੀਂ ਇਸ ਜਨਮ ਦੇ ਵਿੱਚ ਕਰਦੇ ਹਾਂ ਜੋ ਕਰਮ ਕਰਦੇ ਹਾਂ ਅੱਛੇ ਜਾਂ ਬੁਰੇ ਉਸ ਦਾ ਪ੍ਰਭਾਵ ਸਾਡੇ ਪਿਛਲੇ ਕੀਤੇ ਹੋਏ ਕਰਮਾਂ ਤੇ ਵੀ ਉਸ ਦਾ ਅਸਰ ਪੈਂਦਾ ਹੈ ਇੱਕ ਸਾਖੀ ਹੁੰਦੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦੋ ਦੋਸਤ ਸਨ ਇੱਕ ਗੁਰਮਖ ਸੀ ਜੋ ਹਰ ਰੋਜ਼ satsang ਕਰਦਾ ਸੀ ਤੇ ਸਤਗੁਰੂ ਜੀ ਦੇ ਦਰਸ਼ਨ ਕਰਦਾ ਸੀ ਤੇ ਦੂਸਰਾ ਮਿੱਤਰ ਗਲਤ ਕੰਮ ਕਰਦਾ ਸੀ ਤੇ ਗਲਤ ਜਗ੍ਹਾ ਤੇ ਜਾਂਦਾ ਤੇ ਹਰ ਰੋਜ਼ ਇਹ ਮਿਲਦੇ ਸਨ ਇੱਕ ਸਥਾਨ ਤੇ ਜੋ ਦੋਨਾਂ ਨੇ ਤੈਅ ਕੀਤਾ ਹੋਇਆ ਸੀ ਇੱਕ ਦਿਨ ਹਰ ਰੋਜ਼ ਦੀ ਤਰ੍ਹਾਂ ਮਿਲੇ ਤੇ ਗੁਰਮੁਖ ਜਿਹੜਾ ਪਿਆਰਾ ਸੀ ਉਹ ਬੜੀ ਮੁਸ਼ਕਿਲ ਨਾਲ ਲੰਗਾ ਕੇ ਤੁਰਿਆ ਆਵੇ ਜਿਸ ਤਰ੍ਹਾਂ ਉਹਦੇ ਪੈਰ ਦੇ ਵਿੱਚ ਦਰਦ ਹੁੰਦੀ ਹੋਵੇ ਇਸ ਤਰ੍ਹਾਂ ਤੁਰਿਆ ਆਵੇ ਤੇ ਜੋ ਮਨਮੁਖ ਸੀ ਉਹ ਬੜਾ ਖੁਸ਼ ਉਸਦੇ ਹੱਸ ਦੇ ਹੱਥ ਦੇ ਵਿੱਚ ਇੱਕ ਬਰਤਨ ਸੀ ਦੋਨੋਂ ਬੈਠੇ ਤੇ ਇੱਕ ਦੂਸਰੇ ਦਾ ਹਾਲ ਦੱਸਿਆ ਗੁਰਮukh ਦੱਸਣ ਲੱਗਾ ਕਿ ਮੈਂ ਸਤਸੰਗ ਤੋਂ ਆ ਰਿਹਾ ਸਾਂ ਤਾਂ ਮੇਰੇ ਪੈਰ ਦੇ ਵਿੱਚ ਇੱਕ ਕੰਡਾ ਚੁੱਭ ਗਿਆ ਤੇ ਬੜੀ ਮੁਸ਼ਕਲ ਨਾਲ ਮੈਂ ਤੁਰ ਕੇ ਆਇਆ ਹਾਂ ਬੜੀ ਪੀੜ ਹੁੰਦੀ ਹੈ ਤੇ ਮਨਮੁਖ ਆਖਣ ਲੱਗਾ ਕਿ ਤੂੰ ਤਾਂ ਅੱਛੇ ਕੰਮ ਕਰਦਾ ਸੀ ਰੱਬ ਵਾਲੇ ਪਾਸੇ ਜਾਂਦਾ ਸੀ ਤੇ ਤੈਨੂੰ ਦੁੱਖ ਤੇ ਪੀੜ ਮਿਲੀ ਹੈ ਮੈਂ ਬੁਰੇ ਕੰਮ ਕਰਦਾ ਸੀ ਤਾਂ ਮੈਨੂੰ ਇਹ ਵਰਤਨ ਮਿਲਿਆ ਹੈ ਜਿਸ ਵਿੱਚ ਕੋਲੇ ਸਨ ਪਰ ਇੱਕ ਸੋਨੇ ਦੀ ਅਸ਼ਰਫੀ ਇਸ ਦੇ ਵਿੱਚੋਂ ਮੈਨੂੰ ਮਿਲੀ ਹੈ ਸੋ ਮਿੰਤਾ ਫਾਇਦਾ ਹੋਇਆ ਗਲਤ ਪਾਸੇ ਜਾ ਕੇ ਤੇ ਇਹ ਗੱਲ ਸੁਣ ਕੇ ਉਹ ਗੁਰਮੁਖ ਦੇ ਮਨ ਨੂੰ ਥੋੜੀ ਜਿਹੀ ਲੱਗੀ ਕਿ ਬੁਰੇ ਕਰਮਾਂ ਵਾਲੇ ਨੂੰ ਸੋਨਾ ਮਿਲਿਆ ਤਾਂ ਮੈਨੂੰ ਪੀੜਾ ਮਿਲੀ ਹੈ ਉਹ ਗੁਰਮੁਖ ਨੇ ਜਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਪਾਸੋਂ ਇਹ ਸਵਾਲ ਕੀਤਾ ਸਤਗੁਰੂ ਜੀ ਨੇ ਉੱਤਰ ਦਿੱਤਾ ਭਾਈ ਗੁਰਮੁਖਾ ਤੇਰੇ ਪਿਛਲੇ ਕਰਮਾਂ ਕਰਕੇ ਤੈਨੂੰ ਸੂਲੀ ਮਿਲਣੀ ਸੀ ਪਰ ਤੂੰ ਇਸ ਸਤਸੰਗ ਕਾਰ ਵਿੱਚ ਆਉਂਦਾ ਸੀ ਅੱਛੇ ਕੰਮ ਕਰਦਾ ਸੀ ਉਹਦੇ ਕਰਕੇ ਤੈਨੂੰ ਸਿਰਫ ਇੱਕ ਜਾਣੀ ਕਿ ਉਹ ਛੋਟੀ ਜਿਹੀ ਸੂਲ ਜਾਨੀ ਕਿ ਛੋਟਾ ਜਿਹਾ ਕੰਡਾ ਹੀ ਤੇਰੇ ਪੈਰ ਦੇ ਵਿੱਚ ਲੱਗਾ ਹੈ ਬਸ ਇੰਨੇ ਕਦੇ ਵਿੱਚ ਹੀ ਤੇਰਾ ਜਿਹੜਾ ਉਹ ਕਰਮ ਆ ਨਾ ਮਾੜਾ ਕਰਮ ਉਹ ਕਟਿਆ ਗਿਆ ਤਾਂ ਤੇਰਾ ਜਿਹੜਾ ਮਿੱਤਰ ਸੀ ਉਹਨੇ ਪਿਛਲੇ ਅੱਛੇ ਕਰਮ ਕੀਤੇ ਸੀ ਤਾਂ ਉਸ ਨੂੰ ਜਿਹੜਾ ਭਾਂਡਾ ਸੀ ਉਹ ਪੂਰੇ ਦਾ ਪੂਰਾ ਸੋਨੇ ਦਾ ਭਰਿਆ ਹੋਇਆ ਮਿਲਣਾ ਸੀ ਪਰ ਉਹ ਇਸ ਜਨਮ 'ਚ ਗਲਤ ਕੰਮ ਕਰਦਾ ਰਿਹਾ ਉਹਦੇ ਕਰਕੇ ਉਹ ਜਿਹੜੇ ਅੱਛੇ ਕਰਮ ਸੀ ਉਹਦੇ ਨਸ਼ਟ ਹੋ ਗਏ ਤੇ ਉਹ ਸਾਰੇ ਸਾਰੇ ਜੋ ਅੰਦਰ ਉਸ ਭਾਂਡੇ ਦੇ ਵਿੱਚ ਸੋਨੇ ਦੀਆਂ ਮੋਹਰਾਂ ਸਨ ਉਹ ਸਾਰੀਆਂ ਕੋਲੇ ਬਣ ਗਈਆਂ ਸਿਰਫ ਉਹ ਇੱਕ ਅੱਛਾ ਕਰਮ ਕਰਦਾ ਸੀ ਉਹ ਸਿਰਫ ਤੇਰਾ ਦਰਸ਼ਨ ਕਰਦਾ ਸੀ ਉਸ ਕਰਕੇ ਉਸ ਦੇ ਵਿੱਚ ਇੱਕ ਸੋਨੇ ਦੀ ਅਸ਼ਰਫੀ ਰਹਿ ਗਈ ਕਿਉਂ ਇਹੀ ਉਹਦਾ ਇੱਕ ਅੱਛਾ ਕੰਮ ਸੀ ਕਿ ਜਿਹੜਾ ਉਹ ਤੇਰੇ ਦਰਸ਼ਨ ਕਰਦਾ ਸੀ ਸੋ ਜੋ ਅਸੀਂ ਇਸ ਵੇਲੇ ਵੀ ਕਰਮ ਕਰਦੇ ਹਾਂ ਉਹਨਾਂ ਕਰਮਾਂ ਦਾ ਅਸਰ ਪਿਛਲੇ ਕਰਮਾਂ ਦੇ ਉੱਪਰ ਵੀ ਪੈ ਜਾਂਦਾ ਹੈ ਜਿਦਾਂ ਬਾਣੀ ਦੇ ਵਿੱਚ ਹੀ ਲਿਖਿਆ ਹੈ ਕਿ ਤੀਰਥ ਭਰਤ ਅਰਧਾਨ ਕਰ ਮਨ ਵਿੱਚ ਧਰੇ ਗੁਮਾਨ ਨਾਨਕ ਨੇ ਫਲ ਜਾਤ ਹੈ ਜਿਉਂ ਕੁੰਚਰ ਇਸਨਾਨ ਜਿਹੜਾ ਆਦਮੀ ਅੱਛੇ ਜਾ ਕੇ ਕੰਮ ਵੀ ਕਰਦਾ ਹੈ ਪਰ ਮਨ ਦੇ ਵਿੱਚ ਗੁਮਾਨ ਰੱਖਦਾ ਹੈ ਮਨ ਉਹਦਾ ਸਾਫ਼ ਨਹੀਂ ਹੁੰਦਾ ਤੋ ਉਹਦੇ ਫਿਰ ਜਿਹੜੇ ਕੀਤੇ ਕਿਰਾਏ ਜਿਹੜਾ ਕੰਮ ਹੁੰਦਾ ਉਹ ਸਾਰੇ ਦਾ ਸਾਰਾ ਬੇਕਾਰ ਹੀ ਜਾਂਦਾ ਹੈ। ਤੋ ਉਹਦਾ ਉਹਨੂੰ ਫਾਇਦਾ ਕੁਛ ਨਹੀਂ ਹੁੰਦਾ। ਇਸ ਦੇ ਵਿੱਚ ਸੱਚੇ ਪਾਤਸ਼ਾਹ ਜੀ ਇੱਕ ਹੋਰ ਬੜੀ ਹਾਸੇ ਦੀ ਗੱਲ ਹੈ ਕਿ ਆਖਦੇ ਹਨ ਕਿ ਨਾਨਕ ਨੇਹ ਫਲ ਜਾਤ ਤਹ ਜਿਉ ਕੁੰਚਰ ਇਸ਼ਨਾਨ। ਕੁੰਚਰ ਕਾਫੀ ਲੋਕ ਨਹੀਂ ਜਾਣਦੇ ਕੁੰਚਰ ਕਿਸ ਨੂੰ ਕਹਿੰਦੇ ਕੁੰਚਰ ਹਾਥੀ ਨੂੰ ਕਹਿੰਦੇ ਹਨ। ਜਿਹੜਾ ਹਾਥੀ ਹੁੰਦਾ ਹੈ ਨਾ ਉਹਦਾ ਜਿਹੜਾ ਇਸ਼ਨਾਨ ਹੁੰਦਾ ਉਹ ਬੜਾ ਹੀ ਇੱਕ ਅਲੱਗੇ ਤਰੀਕੇ ਦਾ ਹੁੰਦਾ ਹੈ ਉਹ ਜਦੋਂ ਨਹਾਉਣ ਜਾਂਦਾ ਹੈ ਉਹਦੇ ਉੱਪਰ ਸੇ ਥੋੜੀ ਥੋੜੀ ਧੂੜ ਲੱਗੀ ਹੁੰਦੀ ਹੈ ਉਹ ਜਾ ਕੇ ਜਦੋਂ ਨਹਾ ਕੇ ਹਟਦਾ ਹੈ ਨਾ ਉਹ ਤੋਂ ਬਾਅਦ ਨਹਾ ਕੇ ਬੱਚੀ ਤਾਂ ਆਪਣੇ ਆਪ ਨੂੰ ਸਾਫ਼ ਸੁਥਰਾ ਕਰਕੇ ਨਾ ਉਹ ਫਿਰ ਮਿੱਟੀ ਦੇ ਉੱਪਰ ਲੇਟਣ ਲੱਪੈਂਦਾ ਹੈ ਉਹ ਜਦੋਂ ਮਿੱਟੀ ਤੇ ਫਿਰ ਲੇਟਦਾ ਹੈ ਨਾ ਤਾਂ ਪਹਿਲਾਂ ਤਾਂ ਕਿਤੇ ਕਿਤੇ ਧੂੜ ਹੀ ਲੱਗੀ ਹੁੰਦੀ ਫਿਰ ਉਹ ਮਿੱਟੀ ਜਿਹੜੀ ਨਾ ਅੱਧੀ ਅੱਧੀ ਇੰਚੋ ਦੇ ਉੱਪਰ ਚੜ ਜਾਂਦੀ ਹੈ ਉਸ ਸੱਚੇ ਪਾਤਸ਼ਾਹ ਜੀ ਉਸ ਤਰੀਕੇ ਨਾਲ ਕਹਿੰਦੇ ਹਨ ਕਿ ਜੇ ਅਸੀਂ ਜਿਹੜੇ ਗਲਤ ਕੰਮ ਕਰਦੇ ਹਾਂ ਮਨਜ ਗੁਮਾਨ ਰੱਖਦੇ ਹਾਂ ਉਹ ਹਾਥੀ ਵਰਗਾ ਇਸ਼ਨਾਨ ਹੀ ਹੋ ਜਾਂਦਾ ਕਿ ਅਸੀਂ ਆਪਣੇ ਵੱਲੋਂ ਤਾਂ ਜਾਣੇ ਹਾਂ ਕਿ ਅਸੀਂ ਅੱਛੇ ਕਰਮ ਕਰਨੇ ਆ ਉੱਥੇ ਜਾ ਕੇ ਤੀਰਥਾਂ ਤੇ ਪਰ ਲੇਕਿਨ ਮਨ ਦੇ ਅੰਦਰ ਜਦੋਂ ਅਸੀਂ ਇਦਾਂ ਦੀ ਭਾਵਨਾ ਰੱਖਦੇ ਹਾਂ ਉਸ ਵੇਲੇ ਸਾਡਾ ਉਹੀ ਹਾਲ ਹੁੰਦਾ ਹੈ ਜੋ ਹਾਥੀ ਦਾ ਹੁੰਦਾ ਹੈ ਅਸੀਂ ਸਮਾਂ ਕਿ ਹੋਰ ਉੱਥੋਂ ਆਪਣੇ ਉੱਪਰ ਭਾਰ ਲੈ ਕੇ ਆ ਜਾਂਦੇ ਹਾਂ ਤਾ ਕਰਕੇ ਮਨ ਦੇ ਅੰਦਰ ਵੀ ਜੋ ਸਾਡੀ ਚਿਤਵਨੀ ਹੈ ਉਹ ਵੀ ਸਾਡਾ ਕੁਕਰਮ ਸਾਬਿਤ ਹੋ ਜਾਂਦਾ ਹੈ ਕਿ ਜਿੱਦਾਂ ਦੀ ਜੇ ਸਾਡੀ ਅੱਛੀ ਚਿਤਵਨੀ ਹੈ ਤਾਂ ਉਹ ਸਾਡੇ ਅੱਛੇ ਕਰਮ ਹੋ ਜਾਂਦੇ ਜਦੋਂ ਅਸੀਂ ਭੈੜੀ ਕੋਈ ਚੀਜ਼ ਅੰਦਰ ਸੋਚਦੇ ਹਾਂ ਉਹਦਾ ਅਸਰ ਸਾਡੇ ਉੱਪਰ ਭੈੜਾ ਹੀ ਹੁੰਦਾ ਹੈ ਸੋ ਅਸੀਂ ਸਤਗੁਰੂ ਜੀ ਦੇ ਸਰਨ ਵਿੱਚ ਜਾਈਏ ਤੇ ਅਰਦਾਸ ਕਰੀਏ ਕਿ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰਾਇਆ ਕੋਹ ਨਾਨਕ ਹਮ ਨੀਚ ਕਰਮਾਂ ਸਰਣ ਪਰੇ ਕੀ ਰੱਖੋ ਸਰਮਾ ਇਸ ਤਰ੍ਹਾਂ ਅਸੀਂ ਉਸ ਸਤਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰੀਏ ਕਿ ਅਸੀਂ ਕੁਝ ਨਹੀਂ ਕੀਤਾ ਨਾ ਜਾਪਨਾ ਤਪ ਨਾ ਸੰਜਮ ਨਾ ਧਰਮ ਕੁਝ ਨਹੀਂ ਅਸੀਂ ਕੀਤਾ ਨਾ ਹੀ ਅਸੀਂ ਕੋਈ ਸੇਵਾ ਕੀਤੀ ਹੈ ਕਿ ਹੇ ਸਤਿਗੁਰੂ ਜੀ ਮੈਂ ਸਿਰਫ ਨੀਚ ਕਰਮ ਕੀਤੇ ਹਨ ਗਲਤ ਕੰਮ ਹੀ ਕੀਤੇ ਹਨ ਤੁਹਾਡੀ ਸਰਣ ਚ ਆਇਆ ਹਾਂ ਤੁਸੀਂ ਰੱਖ ਲਓ ਸਾਡੀ ਲਾਜ ਪਤ ਰੱਖੋ ਜਦੋਂ ਅਸੀਂ ਦਿਲੋਂ ਇਸ ਤਰ੍ਹਾਂ ਦੀ ਅਰਦਾਸ ਕਰਾਂਗੇ ਤਾਂ ਸਤਿਗੁਰੂ ਜੀ ਦੀ ਸਰਣ ਦੇ ਵਿੱਚ ਜਾਵਾਂਗੇ ਤਾਂ ਸਤਿਗੁਰੂ ਜੀ ਸਾਡੀ ਲੱਜਿਆ ਜ਼ਰੂਰ ਰੱਖਣਗੇ ਸਤਿਗੁਰੂ ਜੀ ਜ਼ਰੂਰ ਸਾਡੇ ਉੱਪਰ ਕਿਰਪਾ ਕਰਨਗੇ ਕਿ ਰਾਮਾਨੰਦ ਸਵਾਮੀ ਰਮਤ ਬ੍ਰਹਮ ਗੁਰਕਾ ਸ਼ਬਦ ਘਾਟੇ ਕੋਟ ਕਰਮ ਤਾਂ ਫੇ ਜਦੋਂ ਅਸੀਂ ਜਾਵਾਂਗੇ ਸਤਿਗੁਰ ਦੇ ਪਾਸ ਉਹ ਫੇ ਕਿਰਪਾ ਕਰੇਗਾ ਸਾਨੂੰ ਨਾਮ ਦੇਵੇਗਾ ਸਾਡੇ ਸਾਰੇ ਕਰੋਨਾ ਹੀ ਕਰਮ ਜਿਹੜੇ ਹਨ ਉਹ ਕੱਟ ਜਾਣਗੇ ਕਿਉਂਕਿ ਗੁਰਦਾ ਜਿਹੜਾ ਸ਼ਬਦ ਹੈ ਅਕਾਲ ਪੁਰਖ ਦਾ ਨਾਮ ਹੈ ਉਹ ਸਤਿਗੁਰ ਸਾਨੂੰ ਬਖਸ਼ਦਾ ਹੈ ਕਰੋਨਾ ਪਾਪ ਦੂਰ ਹੋ ਜਾਂਦੇ ਹਨ ਸਾਡੇ ਕਰਮ ਕੱਟੇ ਜਾਂਦੇ ਹਨ ਸਾਡਾ ਪਾਰ ਉਤਾਰਾ ਹੋ ਜਾਂਦਾ ਹੈ ਸੋ ਵਾਹ ਪਕੜ ਗੁਰ ਕਾਢਿਆ ਸੋਈ ਉਤਰਿਆ ਪਾਰ ਸੋ ਅਸੀਂ ਸਤਿਗੁਰ ਜੀ ਦੀ ਸਰਣ ਦੇ ਵਿੱਚ ਆਈਏ ਅਰਦਾਸ ਕਰੀਏ ਕਿ ਉਹ ਸਾਡੀ ਵਾਹ ਪਕੜ ਲੈਣ ਤਾਂ ਸਾਨੂੰ ਇਥੇ ਇਸ ਸੰਸਾਰ ਦੇ ਵਿੱਚੋਂ ਸਾਡਾ ਪਾਰ ਉਤਾਰਾ ਕਰਨ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਓਗਣ ਹਮਾਰੇ ਦਇਆ ਕਰੋ ਕੁਛ ਮਿਹਰ ਪਾਓ ਡੁੱਬਦੇ ਪੱਥਰ ਤਾਰੇ ਅੰਤ ਵਿੱਚ ਪੁੱਲਾਂ ਦੀ ਖਿਮਾ ਬਖਸ਼ੀ ਸਤਿ ਸ੍ਰੀ ਅਕਾਲ